ਗੰਨੇ ਦੀ ਕੀਮਤ ਸਾਡੇ ਮਾਹਿਰ ਤੇ ਕਿਸਾਨ ਇਹਨਾਂ ਨੇ ਤੈਅ ਕਰ ਕਿਸਾਨ ਨੇ ਤੈਅ ਕਰਨੀ ਹੈ ਗੰਨੇ ਦੀ ਮਿਹਨਤ ਤੇ ਉਸਤੇ ਲਗਤ ਜੀ ਤੇ ਉਸ ਦੀ ਕੀਮਤ ਫਿਰ ਮਾਹਿਰਾਂ ਨੇ ਉਸ ਹਿਸਾਬ ਨਾਲ ਬਣਾਉਣੀ ਹੈ ਕਿ ਸਾਲ ਬਾਅਦ ਜਾਂ 1.5 ਸਾਲ ਬਾਅਦ ਜਦੋਂ ਕਿਸਾਨ ਦੀ ਜੇਬ 'ਚ ਪੈਸੇ ਜਾਣੇ ਨੇ ਫਿਰ ਉਹ ਕਿੰਨੇ ਹੋਣੇ ਚਾਹੀਦੇ ਨੇ ਸਾਡੀਆਂ ਸਹਿਕਾਰੀ ਸੰਸਥਾਵਾਂ ਜਿਹੜੀਆਂ ਨੇ ਉਹ ਗਿਣਤੀ ਮਿੰਤੀ ਦੀਆਂ ਰਹਿ ਗਈਆਂ ਨੇ ਪੰਜਾਬ ਵਿੱਚ ਜਿਹੜੀਆਂ ਵਧੀਆ ਕੰਮ ਕਰ ਰਹੀਆਂ ਨੇ ਬਾਕੀਆਂ ਦਾ ਬੇੜਾ ਗਰਖ ਹੋ ਚੁੱਕਾ ਹੈ ਜੇ ਸਹਿਕਾਰੀ ਸੰਸਥਾਵਾਂ ਉਹਨਾਂ ਦੀ ਮਦਦ ਕਰਦੀਆਂ ਹੋਣ ਸਹੀ ਮਾਣਿਆਂ ਦੇ ਵਿੱਚ ਤੇ ਫਿਰ ਕਿਸਾਨ ਇੰਨਾ ਔਖਾ ਨਾ ਹੋਵੇ 358 ਰੁਪਏ ਹਰਿਆਣੇ ਵਾਲੇ ਦੇ ਰਹੇ ਨੇ ਤੇ ਪੰਜਾਬ ਵਾਲੇ ਉਹੀ ਪੰਜ ਸਾਲਾਂ ਤੋਂ 310 ਰੁਪਏ ਦੇ ਰਹੇ ਕਿਸਾਨਾਂ ਨੇ ਇੰਨੇ ਮੈਮੋਰੰਡਮ ਦਿੱਤੇ ਭਾਈ ਸਾਡੀ ਕੀਮਤ ਬਤਾਓ ਸਾਨੂੰ ਪੇਮੈਂਟ ਦਿਓ ਸਾਨੂੰ ਕੀਮਤ ਪ੍ਰੋਪਰ ਕੀਮਤ ਦਿਓ ਵਾਜਬ ਦਿਓ ਜੀ ਸੁਣੀ ਕਿਸੇ ਨੇ ਨਾ ਤੇ ਫਿਰ ਧਰਨਾ ਹੀ ਲਾਉਣਾ ਪਿਆ ਮਨਜੋਤ ਸਿੰਘ ਸਿੱਧੂ ਨੇ ਅੱਜ ਡਾਕਟਰ ਪੈਰ ਲਾਲ ਕਾਰਕ ਤੇ ਮਾਲਵਿੰਦਰ ਮਾਲੀ ਨੂੰ ਆਪਣੀ ਰਹਾਇਸ਼ ਪਟਿਆਲਾ ਹੂੰ ਦੇਖਿਆ ਸਤਿਆ ਜ਼ਾਹਿਰਾ ਤੌਰ ਤੇ ਉਹਨਾਂ ਤੋਂ ਜਾਣਾ ਉਹਨਾਂ ਨੂੰ ਕਹਿਣਗੇ ਕਿ ਤੁਸੀਂ ਆਪਣੇ ਬਿਆਨਾਂ ਤੋਂ ਪਿੱਛੇ ਮੁੜੋ ਤੇ ਜਾਂ ਗੱਲ ਵਾਸਤੇ ਥੋੜਾ ਭਾਈਚਾਰ ਰੱਖੋ ਸਲਾਹਕਾਰ ਮੇਰੇ ਹੋ ਤੁਸੀਂ ਪਬਲੀਕਲੀ ਬਿਆਨ ਦੇਣ ਤੱਕ ਤੁਸੀਂ ਨਾ ਤੀਜੀ ਲਹਿਰ ਬਾਰੇ ਜਿਹੜੇ ਤੇ ਜ਼ਿਆਦਾ ਨੂਨ ਮਾਰ ਰਹੇ ਉਹਨਾਂ ਨੇ ਤੇ ਇਹੋ ਹੀ ਆਖਿਆ ਕਿ ਆਉਣੀ ਹੈ ਜੀ ਪੱਕੀ ਆ ਟੱਲ ਐ ਪਰ ਇਹ ਨਹੀਂ ਕੋਈ ਵੀ ਦੱਸਦਾ ਕਿ ਕਿੰਨੀ ਤਾਕਤਵਰ ਹੋਵੇਗੀ ਤੇ ਇਸ ਦੀ ਸਟਰੈਂਥ ਕਿੰਨੀ ਹੋਵੇਗੀ ਅੰਮ੍ਰਿਤਸਰ ਦੇ ਵਿੱਚ ਕੁਝ ਉਹਨਾਂ ਲੋਕਾਂ ਨਾਲ ਗੱਲਬਾਤ ਕਰਦੀ ਕੁਝ ਸਾਡੇ ਮੀਡੀਆ ਆਊਟਲੈਟਸ ਨੇ ਕੋਸ਼ਿਸ਼ ਕੀਤੀ ਜਿਹੜੇ ਪਿਛਲੇ ਸਮੇਂ ਚ ਆਏ ਉਹਨਾਂ ਨੇ ਕਿਹਾ ਕਿ ਅਸੀਂ ਜਿੰਨੇ Hindu ਤੇ Sikh ਅਫਗਾਨਿਸਤਾਨ ਚੋਂ ਆਉਣਾ ਚਾਹੁੰਦੇ ਆਂ ਨਿਕਲਣਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਤੁਸੀਂ ਭਾਰਤ ਆਉਣ ਦੀ ਕੋਸ਼ਿਸ਼ ਨਾ ਇੱਥੇ ਆ ਕੇ ਪਿਛਲੇ ਦਹਾਕੇ ਤੋਂ ਅਸੀਂ ਇੱਥੇ ਆ ਕੇ ਬੈਠੇ ਆ ਸਾਡੇ ਕੋਲ ਕੋਈ ਚੱਜ ਦਾ ਕਾਗਜ਼ ਪੱਤਰ ਅਜੇ ਵੀ ਨਹੀਂ ਚਾਹੇ ਉਹ ਕਿਤੇ ਨੂੰ ਵੀ ਕੋਈ ਆਇਆ ਹੋਵੇ ਜਿਹੜਾ ਪੀੜਤ ਹੈ ਉਹ ਤੇ ਪੀੜਤ ਹੈ ਚਾਹੇ ਮਿਆਂਮਾਰ ਤੋਂ ਆਇਆ ਹੋਵੇ ਰੋਹਿੰਗਿਆ ਸ਼ਰਨਾਰਥੀ ਹੋਵੇ ਉਹ ਮੁਸਲਮਾਨ ਨੇ ਤੇ ਉਹਨਾਂ ਵਾਸਤੇ ਕੋਈ ਸਿਸਟਮ ਨਹੀਂ ਹੈ ਤੇ ਜੇ ਬੰਗਲਾਦੇਸ਼ ਤੋਂ ਜਾਂ ਅਫਗਾਨਿਸਤਾਨ ਤੋਂ ਜਾਂ ਪਾਕਿਸਤਾਨ ਤੋਂ ਹਿੰਦੂ ਦਾ ਸਿੱਖ ਆਉਂਦਾ ਉਹਨਾਂ ਵਾਸਤੇ ਸਿਸਟਮ ਹੈ ਤਿੰਨ ਵੱਡੇ ਥਰਮਲ ਪਲਾਂਟ ਲਾ ਕੇ ਪ੍ਰਾਈਵੇਟ ਕੰਪਨੀਆਂ ਨੂੰ ਠੇਕੇ ਦੇ ਦਿੱਤੇ ਗਏ ਪੰਜਾਬ ਸਰਕਾਰ ਨੇ ਕਿਉਂਕਿ ਠਾਣਿਆ ਹੋਇਆ ਸੀ ਕਿ ਸਰਪਲਸ ਉਪਾ ਬਣਾਉਣਾ ਤੇ ਸਰਪਲਸ ਉਪਾ ਤੇ ਬ ਪਰ ਅਸਲੋਂ ਬਿਜਲੀ ਵਿਭਾਗ ਦੇ ਜਿਹੜਾ ਅਸਲੀ ਸਿਸਟਮ ਹੈ ਤਾਣਾ ਬਣਾ ਹੈ ਤਾਰਾਂ ਜੜੀਆਂ ਨੇ ਹਰ ਪਾਸੇ ਸ਼ਾਰਟ ਹੋਈਆਂ ਬਈਆਂ ਸਬਸਿਡੀਆਂ ਬਾਰੇ ਪੰਜਾਬ ਦੇ ਵਿੱਤ ਕਮਿਸ਼ਨ ਦੇ ਮੁੰਟੇਕ ਸਿੰਘ ਆਲੂ ਵਾਲੀਆ ਕਹਿੰਦੇ ਨੇ ਕਿ ਇਹ ਖਤਮ ਹੋਣੀਆਂ ਚਾਹੀਦੀਆਂ ਨੇ ਸਬਸਿਡੀ ਦਾ ਕੋਈ ਮਤਲਬ ਨਹੀਂ ਤੇ ਪੰਜਾਬ ਸਰਕਾਰ ਨੂੰ ਸਲਾਹ ਉਹ ਇਹ ਦੇ ਰਹੇ ਨੇ ਤੇ ਪੰਜਾਬ ਸਰਕਾਰ ਮੰਨ ਨਹੀਂ ਰਹੀ ਕਿਉਂਕਿ ਪੰਜਾਬ ਸਰਕਾਰ ਨੂੰ ਸਭ ਤੋਂ ਜ਼ਿਆਦਾ ਲੋੜ ਜਿਹੜੀ ਇਸ ਵੇਲੇ ਵੋਟਾਂ ਦੀ ਸਰਕਾਰ ਨੇ ਜਾਣ ਬੁੱਝ ਕੇ ਇੱਕ ਸਿਸਟਮ ਚਲਾਇਆ ਹੋਇਆ ਜਿਸ ਦੇ ਤਹਿਤ ਇਸ ਤਰ੍ਹਾਂ ਮੁਜ਼ਰਮਾਨ ਨੂੰ ਫੜ ਕੇ ਜਿਨ੍ਹਾਂ ਤੇ ਮਾੜੀ ਮੋਟੀ ਸ਼ੱਕ ਹੁੰਦੀ ਹੈ ਉਹਨਾਂ ਤੇ ਗੋਲੀ ਚਲਾ ਕੇ ਉਹਨਾਂ ਨੂੰ ਅਪਾਜ ਕਰ ਦਿੱਤਾ ਜਾਂਦਾ ਹੈ ਇਸ ਕਰਕੇ ਇਸ ਨੂੰ ਲੰਗੜਾ ਆਪਰੇਸ਼ਨ ਆਖਿਆ ਜਾਂਦਾ ਹੈ ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ ਅੱਜ ਦੇ ਪ੍ਰੋਗਰਾਮ ਚ ਗੱਲ ਕਰਾਂਗੇ ਪੰਜਾਬ ਦੀ ਰਾਜਨੀਤੀ ਦੀ ਜਿਹਦੇ ਵਿੱਚ ਇਸ ਵੇਲੇ ਵਿਵਾਦ ਦੀ ਵਿਵਾਦ ਨੇ ਆਪਾ ਤਾਂ ਪੀ ਪਈ ਹੋਈ ਹੈ ਤੇ ਵੋਟਾਂ ਵਟੋਰਨ ਦੀ ਦੌੜ ਲੱਗੀ ਹੋਈ ਹੈ ਇਸ ਤੋਂ ਇਲਾਵਾ ਕਿਸਾਨ ਅੰਦੋਲਨ ਦੀ ਗੱਲ ਕਰਾਂਗੇ ਗੰਨਾ ਕਾਸ਼ਤਕਾਰਾਂ ਦੀ ਮੰਗ ਤੇ ਸਰਕਾਰ ਦੇ ਤੇਵਰ ਦੀ ਗੱਲ ਕਰਾਂਗੇ ਇਸ ਤੋਂ ਇਲਾਵਾ ਅਫਗਾਨਿਸਤਾਨ ਦੇ ਹਾਲਾਤਾਂ ਤੇ ਵੀ ਤੁਹਾਡੀ ਨਜ਼ਰ ਪਵਾਵਾਂਗੇ ਹੋਰ ਵੀ ਬਹੁਤ ਸਾਰੇ ਮੁੱਦੇ ਨੇ ਜਿਹੜੇ ਅੱਜ ਦੇ ਪ੍ਰੋਗਰਾਮ ਚ ਵਿਚਾਰੇ ਜਾਣਗੇ ਸਟੂਡੀਓ 'ਚ ਇਸ ਵੇਲੇ ਬਤੌਰ ਮਹਿਮਾਨ ਮੇਰੇ ਨਾਲ ਮੌਜੂਦ ਨੇ ਸਰਦਾਰ ਕੁਲਦੀਪ ਸਿੰਘ ਹੀਰ ਜੀ ਸਤਿ ਸ਼੍ਰੀ ਅਕਾਲ ਕੁਲਦੀਪ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਕੁਲਦੀਪ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕਿਸਾਨ ਤੋਂ ਕਿਸਾਨੀ ਤੋਂ ਗੰਨਾ ਕਾਸ਼ਤਕਾਰਾਂ ਨੇ ਜਲੰਧਰ 'ਚ ਧਰਨਾ ਲਾਇਆ ਹੋਇਆ ਤੇ ਚੌਥਾ ਦਿਨ ਹੈ ਕੱਲ ਸਰਕਾਰ ਦੇ ਨਾਲ ਮੀਟਿੰਗ ਹੋਈ ਬੇਸਿੱਟਾ ਰਹੀ ਅੱਜ ਫੇਰ ਜਲੰਧਰ 'ਚ ਕਹਿੰਦੇ ਨੇ ਵੀ ਸਿਰ ਜੋੜਨਾ ਉਹਨਾਂ ਨੇ ਸਵਾਲ ਮੇਰਾ ਇਹ ਆ ਕਿ ਗੰਨੇ ਦੀ ਕੀਮਤ ਆਖਰ ਕਿੰਨੇ ਤੈਅ ਕਰਨੀ ਆ ਗੰਨੇ ਦੀ ਕੀਮਤ ਜੇ ਸੱਚ ਪੁੱਛੋ ਤੇ ਸਾਡੇ ਮਾਹਿਰ ਤੇ ਕਿਸਾਨ ਇਹਨਾਂ ਨੇ ਤਿਆ ਕਰਨੀ ਹੈ ਕਿਸਾਨ ਨੂੰ ਆਪਣੀ ਮਿਹਨਤ ਦਾ ਪਤਾ ਹੈ ਕਿ ਉਸਨੇ ਕਿਵੇਂ ਦਿਨ ਰਾਤ ਇੱਕ ਕੀਤਾ ਹੁੰਦਾ ਹੈ ਜੀ ਗਰਮੀ ਦੇ ਫਸਲ ਹੈ ਇੱਕ ਸਾਲ ਦੀ ਗਰਮੀ ਦੇ ਵਿੱਚ ਇਸ ਦੀ ਜਦੋਂ ਸ਼ੁਰੂਆਤ ਹੁੰਦੀ ਹੈ ਤਾਂ ਉਹ ਬਜਾਈ ਹੁੰਦੀ ਹੈ ਪਹਿਲਾਂ ਵੀ ਹੁੰਦੀ ਹੈ ਜੀ ਫਿਰ ਸਾਰਾ ਸਿਆਲ ਇਸ ਦੀ ਮਿੱਲਾਂ ਵੱਲ ਨੂੰ ਲਜਾਣ ਦੀ ਕਮੈਂਤ ਜਿਹੜੀ ਆ ਉਹ ਸ਼ੁਰੂ ਹੋਈ ਰਹਿੰਦੀ ਹੈ ਲੱਗੀ ਹੋਈ ਰਹਿੰਦੀ ਹੈ ਲਾਈਨਾਂ ਲੱਗੀਆਂ ਰਹਿੰਦੀਆਂ ਨੇ ਬੜਾ ਰਿਸਕੀ ਕੰਮ ਹੈ ਪਰ ਇਸकी दो ਤਰੀਕੇ ਨਾਲ ਇੱਕ ਤੇ ਇਸ ਦੀ ট্রান্সਪੋਰਟੇਸ਼ਨ ਰਿਸਕੀ ਹੈ ਜੀ ਦੂਸਰਾ ਜਦੋਂ ਇੱਕ ਸਾਲ ਦੀ ਫਸਲ ਹੋਵੇ ਜਿਹੜੇ ਕਿਸਾਨ ਜਾਂ ਜਿਹੜੇ ਖੇਤਰਾ ਵਿੱਚ ਇੱਕ ਸਾਲ ਦੀਆਂ ਦੋ ਜਾਂ ਤਿੰਨ ਹੋ ਜਾਂਦੀਆਂ ਨੇ ਉਹਨਾਂ ਦੇ ਮੁਕਾਬਲੇ ਫਿਰ ਇਹਨਾਂ ਨੂੰ ਇੱਕੋ ਵਾਰੀ ਦੀ ਆਮਦਨ ਤੇ ਡਿਪੈਂਡ ਕਰਨਾ ਪੈਂਦਾ ਤੇ ਉਹ ਉਹਦੇ ਲਈ ਉਡੀਕ ਕਰਨੀ ਪੈਂਦੀ ਹੈ ਜੀ ਸਾਰਾ سرمਾਇਆ ਪਹਿਲਾਂ ਇਸ ਦੇ ਵਿੱਚ ਝੋਕਣਾ ਪੈਂਦਾ ਹੂੰ ਕਿਉਂਕਿ ਸਾਡੀਆਂ ਸਹਿਕਾਰੀ ਸੰਸਥਾਵਾਂ ਜਿਹੜੀਆਂ ਨੇ ਉਹ ਗਿਣਤੀ ਮਿੰਤੀ ਦੀਆਂ ਰਹਿ ਗਈਆਂ ਨੇ ਪੰਜਾਬ ਵਿੱਚ ਜਿਹੜੀਆਂ ਵਧੀਆ ਕੰਮ ਕਰ ਰਹੀਆਂ ਨੇ ਬਾਕੀਆਂ ਦਾ ਬੇੜਾ ਗਰਖ ਹੋ ਚੁੱਕਾ ਹੈ ਜੀ ਹੁਣ ਦੁਬਾਰਾ ਰਿਵਾਈਵ ਕਰਨ ਦੇ ਯਤਨ ਹੋ ਰਹੇ ਨੇ ਕਿ ਕਿਵੇਂ ਮਾਰਕੀਟ ਦੇ ਜ਼ਰੀਏ ਖਾਦਾਂ ਤੇ ਹੋਰ ਚੀਜ਼ਾਂ ਲਿਆਂਦੀਆਂ ਜਾਣ ਪਰ ਕਿਸਾਨਾਂ ਨੂੰ ਨਿਰਪਰ ਕਰਨਾ ਪੈ ਗਿਆ ਮਿਲ ਮਾਲਕਾਂ ਤੇ ਖਾਦਾਂ ਵੇਚਣ ਵਾਲਿਆਂ ਤੇ ਹੋਰਨਾਂ ਚੀਜ਼ਾਂ ਤੇ ਜਿਹਦੇ ਵਾਸਤੇ ਮਹਿੰਗੇ ਮਹਿੰਗੇ ਦਵਾਈਆਂ ਖਾਦਾਂ ਲੇਬਰਾਂ ਸਾਰੀਆਂ ਕਿਸਾਨ ਨੂੰ ਆਪਣੇ ਜੇਬ ਵਿੱਚੋਂ ਪਹਿਲਾਂ ਦੇਣੀਆਂ ਪੈਂਦੀਆਂ ਨੇ ਜੀ ਜਾਂ ਵਿਆਜ ਦੇਣਾ ਪੈਂਦਾ ਹੂੰ ਹੁਣ ਇਸ ਕੰਮ ਵਾਸਤੇ ਜੇ ਸਹਿਕਾਰੀ ਸੰਸਥਾਵਾਂ ਉਹਨਾਂ ਦੀ ਮਦਦ ਕਰਦੀਆਂ ਹੋਣ ਸਹੀ ਮਾਨਿਆਂ ਦੇ ਵਿੱਚ ਤੇ ਫਿਰ ਕਿਸਾਨ ਇੰਨਾ ਔਖਾ ਨਾ ਹੋਵੇ ਪਰ ਇੱਕ ਸਾਲ ਉਡੀਕ ਕਰਨੀ ਹੂੰ ਇਸ ਫਸਲ ਦੀ ਆਮਦਨ ਦੀ ਜੀ ਤੇ ਸਾਲ ਉਡੀਕ ਕਰਕੇ ਫਿਰ ਉਹ ਦਿਸੇ ਨਾ ਕੁਝ ਵੀ ਤੇ ਸਰਕਾਰ ਫਿਰ ਨੱਪੀ ਬੈਠੀ ਆ ਉਹਨਾਂ ਦੇ ਪੈਸੇ ਨੱਪੀ ਬੈਠੀ ਆ ਪੈਸੇ ਦੋ ਦੋ ਸਾਲ ਤੱਕ ਪੇਮੈਂਟਾਂ ਨਹੀਂ ਹੁੰਦੀਆਂ ਉਹ ਵੀ ਸਹਿਕਾਰੀ ਮਿਲਾਂ ਦੇ ਨਹੀਂ ਹੁੰਦੇ ਜੇਸੀ ਕਹੀਏ ਕਿ ਕੋਈ ਪ੍ਰਾਈਵੇਟ ਖਿਡਾਰੀ ਜਿਹੜਾ ਇਸ ਮਿਲ ਮਾਲਕ ਹੈ ਜੀ ਵੀ ਭਾਈ ਉਹਦੇ ਹਾਲਾਤ ਵਿਗੜ ਗਏ ਕਿਸੇ ਪਾਸੇ ਉਹ ਨੁਕਸਾਨ ਹੋ ਗਿਆ ਪਰ ਸਹਿਕਾਰੀ ਜਿਨ੍ਹਾਂ ਨੂੰ ਸਪੋਰਟ ਸਰਕਾਰ ਨੇ ਕਰਨਾ ਹੁੰਦਾ ਹੈ ਜੀ ਜਿਨ੍ਹਾਂ ਦੇ ਅਹੁਦੇਦਾਰ ਚੇਅਰਮੈਨ ਲਾਉਣੇ ਹੋਣ ਹਮ ਤੇ ਕੀ ਇਲਾਕੇ ਦੇ ਐਮਐਲਏ ਤੇ ਮੰਤਰੀ ਇਕੱਠੇ ਹੋ ਕੇ ਆ ਜਾਂਦੇ ਨੇ ਕਿ ਆਹ ਬੰਦਾ ਹੈ ਭਾਈ ਸਾਡਾ ਹਮ ਇਹਨੂੰ ਬੜਾਇਆ ਜਾਵੇ ਜੀ ਫੇਰ ਕੋਈ ਗ੍ਰਾਂਟ ਮਿਲੂਗੀ ਫੇਰ ਕੋ ਕੰਮ ਹੋਵੇਗਾ ਤਾਂ ਫੇਰ ਕਿਸੇ ਦੀ ਸੁਣੀ ਜਾਵੇਗੀ ਹਮ ਉਦੋਂ ਤੇ ਸਾਰੇ ਮੰਤਰੀ ਐਮਐਲਏ ਪਹੁੰਚ ਜਾਂਦੇ ਨੇ ਤੇ ਜਦੋਂ ਉਹਨਾਂ ਮਿੱਲਾਂ ਨੂੰ ਵਧੀਆ ਤਰੀਕੇ ਨਾਲ ਚਲਾਉਣਾ ਹੋਵੇ ਅਪਗ੍ਰੇਡ ਕਰਨਾ ਹੋਵੇ ਨਵੀਂ ਮਸ਼ੀਨਰੀ ਲਿਆਉਣੀ ਹੋਵੇ ਹਮ ਫੇਰ ਕੋਈ ਬੋਲਦਾ ਨਹੀਂ ਜੀ ਆਜ਼ਾਦੀ ਵੇਲੇ ਦੀਆਂ ਮਿੱਲਾਂ ਵੀ ਹਨ ਪੰਜਾਬ ਵਿੱਚ 1947 ਵੇਲੇ ਦੀਆਂ ਉਹਨਾਂ ਨੂੰ ਚੰਗੇ ਤਰੀਕੇ ਨਾਲ ਅਪਗ੍ਰੇਡ ਨਹੀਂ ਕੀਤਾ ਗਿਆ ਕਈ ਪ੍ਰਾਈਵੇਟ ਨੂੰ ਵੇਚ ਦਿੱਤੀਆਂ ਗਈਆਂ ਜੀ ਕਿੰਨਾ ਕਿੰਨਾ ਬਕਾਇਆ ਕਿਸਾਨਾਂ ਦਾ ਖੜਾ ਹੂੰ ਹੁਣ ਗੱਲ ਨੂੰ ਸਮੇਟਦੇ ਹਾਂ ਕਿਸਾਨ ਨੇ ਤੈਅ ਕਰਨੀ ਹੈ ਗੰਨੇ ਦੀ ਮਿਹਨਤ ਤੇ ਉਸ ਤੇ ਲਗਤ ਜੀ ਤੇ ਉਸ ਦੀ ਕੀਮਤ ਫੇਰ ਮਾਹਿਰਾਂ ਨੇ ਉਸ ਹਿਸਾਬ ਨਾਲ ਬਣਾਉਣੀ ਹੈ ਕਿ ਸਾਲ ਬਾਅਦ ਜਾਂ ਡੇਢ ਸਾਲ ਬਾਅਦ ਜਦੋਂ ਕਿਸਾਨ ਦੀ ਜੇਬ 'ਚ ਪੈਸੇ ਜਾਣੇ ਨੇ ਫਿਰ ਉਹ ਕਿੰਨੇ ਹੋਣੇ ਚਾਹੀਦੇ ਨੇ ਕੱਲ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਤੇ ਸੀਗੇ ਵੀ ਵਿਚਲਾ ਰਾਹ ਆ ਲੱਭਾਂਗੇ ਕੋਈ ਵਿਚਲਾ ਰਾਹ ਉਹਨਾਂ ਨੂੰ ਲੱਭਣਾ ਪੈਣਾ ਕੱਲ ਵੀ ਕਿਸਾਨ ਗਏ ਨੇ ਜਿਹੜੀ ਅੰਦਰਲੀ ਗੱਲਬਾਤ ਉੱਥੇ ਹੋਈ ਹੈ ਜੋ ਨਿਕਲ ਕੇ ਸਾਹਮਣੇ ਆਈ ਹੈ ਕਿਸਾਨ ਨਰਾਜ਼ ਹੋਏ ਨੇ ਇਸ ਗੱਲੋਂ ਕਿ ਸਾਡੀ ਗੱਲ ਜਿਹੜੀ ਸਹਿਕਾਰਤਾ ਮੰਤਰੀ ਨਾਲ ਹੋਵੇ ਜਾਂ ਮੁੱਖ ਮੰਤਰੀ ਨਾਲ ਹੋਵੇ ਖੇਤੀਬਾੜੀ ਮੰਤਰੀ ਨਾਲ ਹੋਵੇ ਜਾਂ ਮਾਹਿਰਾ ਨਾਲ ਹੋਵੇ ਕੇਨ ਕਮਿਸ਼ਨਰ ਨੇ ਹੋਰ ਸਾਇੰਸਦਾਨ ਨੇ ਯੂਨੀਵਰਸਿਟੀਆਂ ਦੇ ਖੇਤੀ ਵਿਗਿਆਨ ਕੈਦਰ ਬਣੇ ਹੋਏ ਨੇ ਜਾਂ ਉਹਨਾਂ ਨਾਲ ਹੋਵੇ ਉੱਥੇ ਤੇ ਮਿਲ ਮਾਲਕ ਬੈਠੇ ਹੋਏ ਸੀ ਮਿਲ ਮਾਲਕਾਂ ਨਾਲ ਗੱਲ ਨਹੀਂ ਕਰਨੀ ਮਿਲ ਮਾਲਕਾਂ ਨਾਲ ਸਰਕਾਰ ਨੇ ਆਪਣੇ ਤੌਰ ਤੇ ਕਰਨੀ ਹੈ ਭਾਈ ਤੁਹਾਨੂੰ ਅ ਜ਼ਿਮੀਦਾਰਾਂ ਦੇ ਕੋਲੋਂ ਮਹਿੰਗੇ ਭਾਵ ਵਾਲੀਆਂ ਜ਼ਮੀਨਾਂ ਸਸਤੇ ਚ ਲੈ ਕੇ ਅਸੀਂ ਅਕਵਾਇਰ ਕਰਕੇ ਦਿੱਤੀਆਂ ਹੋਈਆਂ ਨੇ ਸਿਸਮਿਕ ਜ਼ੋਨ ਲੱਭ ਕੇ ਜੀ ਸ਼ਰਾਬ ਦੇ ਕਸਬਿਆਂ ਦੇ ਲਾਗੇ ਮਿੱਲਾਂ ਲਾਉਣ ਲਈ ਤੁਹਾਨੂੰ ਜਗ੍ਹਾ ਇਕੱਠੀ ਕਰਕੇ ਕਿਸਾਨਾਂ ਤੋਂ ਅਕਵਾਇਰ ਕਰਕੇ ਦਿੱਤੀ ਹੈ ਤੁਹਾਨੂੰ ਲਾਇਸੈਂਸ ਦਿੱਤੇ ਨੇ ਤੁਸੀਂ ਇੱਥੋਂ ਸ਼ਰਾਬ ਬਣਾਉਂਦੇ ਹੋ ਬਿਜਲੀ ਬਣਾਉਂਦੇ ਹੋ ਸੀਰਾ ਬਣਾਉਂਦੇ ਹੋ ਤੇ ਹੁਣ 에ਥਨੋਲ ਬਣਾਉਂਦੇ ਹੋ ਜਿਸ ਨਾਲ ਗੱਡੀਆਂ ਚੱਲਣੀਆਂ ਨੇ ਸਾਡੀਆਂ ਪੈਟਰੋਲ ਦੇ ਨਾਲ ਮਿਕਸ ਹੋ ਕੇ ਪੈਣ ਲੱਗ ਪਿਆ 에ਥਨੋਲ ਦੁਨੀਆ ਵਿੱਚ ਖਪਤ ਵਧ ਰਹੀ ਐ 에ਥਨੋਲ ਪੂਰਾ ਹੋਣ ਵਾਲਾ ਨਹੀਂ ਹੁਣ ਇਹ ਸਾਰੀਆਂ ਗੱਲਾਂ ਸਰਕਾਰ ਨੇ ਉਹਨਾਂ ਨਾਲ ਤੈਅ ਕਰਨੀਆਂ ਨੇ ਜਦੋਂ ਇੰਡਸਟਰੀ ਲਾਉਣ ਲਈ ਪਰਮਿਟ ਲਾਇਸੈਂਸ ਉਹਨਾਂ ਨੂੰ ਦਿੱਤਾ ਜਾਂਦਾ ਉਦੋਂ ਸਾਰੀਆਂ ਗੱਲਾਂ ਹੁੰਦੀਆਂ ਨੇ ਭਾਈ ਇਹ ਕਿਸਾਨਾਂ ਦੇ ਹਿੱਤ ਵਾਸਤੇ ਲੱਗੀ ਹੈ ਮੇਲਾ ਜੀ ਤੁਹਾਡਾ ਵੀ ਹਿੱਤ ਹੈ ਪਰ ਕਿਸਾਨਾਂ ਦਾ ਵੀ ਹਿੱਤ ਸਾਡਾ ਵੀ ਹੈ ਰੋਜ਼ਗਾਰ ਦੇ ਵਸੀਲੇ ਵੀ ਤੁਸੀਂ ਪੈਦਾ ਕਰਨੇ ਨੇ ਕਿਸਾਨ ਦੀ ਮਦਦ ਵੀ ਕਰਨੀ ਤੇ ਆਪਣਾ ਪ੍ਰੋਫਿਟ ਵੀ ਦੇਖਣਾ ਹੈ ਜੀ ਹੁਣ ਇਹ ਸਾਰੇ ਦੇ ਵਿੱਚ ਬੈਲੈਂਸ ਬਣਾਉਣ ਦੀ ਲੋੜ ਹੁੰਦੀ ਹੈ ਕਿਸਾਨ ਕੋਈ ਇਸ ਤਰ੍ਹਾਂ ਤਾਂ ਕਰਦੇ ਨੇ ਕਿ ਭਾਈ ਲੁੱਟ ਲਈਏ ਕਿਸੇ ਨੂੰ ਤੇ ਕਿਸੇ ਨੂੰ ਬਚੇ ਨਾ ਬਚੇ ਤੇ ਸਾਨੂੰ ਕੋਈ ਮਤਲਬ ਨਹੀਂ ਇਸ ਕੱਲ ਨਾ ਕਿਸਾਨਾਂ ਨੇ ਇਹ ਕੰਮ ਤੇ ਕਦੀ ਕੀਤਾ ਨਹੀਂ ਕਿਸਾਨ ਤੇ ਮੰਡੀ ਇਹ ਨਹੀਂ ਕਹਿੰਦੇ ਕਿ ਵਿਛੜ ਚੱਲੇ ਆ ਸਿੱਟਣ ਚੱਲੇ ਆ ਕਹਿੰਦੇ ਗੰਨਾ ਸੁੱਟਣ ਚੱਲੇ ਆ ਸੁੱਟਣ ਚੱਲੇ ਜੇ ਲੋ ਸਿੱਟਣਾ ਬਣਦਾ ਵੀ ਆ ਇੱਕ ਮੋਟਾ ਮੋਟਾ ਜਿਹਾ ਅੰਦਾਜ਼ਾ ਹੈ ਜਿੰਨੇ ਸਰਕਾਰੀ ਅੰਕੜੇ ਦੱਸਦੇ ਨੇ ਕਿ ਇੰਨਾ ਕੋ ਗੰਨਾ ਇੱਕ ਸਾਲ ਦੇ ਵਿੱਚ ਪੀੜਿਆ ਜਾਂਦਾ ਹੈ ਕ੍ਰਸ਼ਿੰਗ ਸੀਜ਼ਨ ਦੇ ਵਿੱਚ ਇੱਕ ਸੀਜ਼ਨ ਚ ਤੇ ਉਸ ਦੀ ਜੇ ਮੋਟੀ ਮੋਟੀ ਲੇਬਰ ਜਿਹੜੀ ਲਾਈ ਜਾਵੇ ਜਿਹੜੀ ਯੂਪੀ ਤੇ ਬਿਹਾਰ ਨੂੰ ਜਾਂਦੀ ਹੈ ਹਰ ਸਾਲ ਉਹ 400 ਕਰੋੜ ਦੇ ਲਾਗੇ ਬਣਦੀ ਹੈ ਇਹ ਸਿਰਫ ਛਲਾਈ ਦੀ ਲੇਬਰ ਹੈ ਇਸ ਵਿੱਚ ਬਜਾਈ ਗੁੜਾਈ ਬਨਾਈ ਦੀ ਕੋਈ ਲੇਬਰ ਨਹੀਂ ਹੈ ਹੁਣ ਕਿਸਾਨ ਬੈਠੇ ਨੇ ਅੱਜ ਮਾਹਿਰਾਂ ਦੇ ਨਾਲ ਮਿਲ ਮਾਲਕਾਂ ਨਾਲ ਸਰਕਾਰ ਦੇ ਸਿੰਘ ਫਸੇ ਹੋਏ ਨੇ ਕਿ ਵਿਚਕਾਰਲਾ ਰਸਤਾ ਜਿਹੜਾ ਉਹ ਕਿੱਥੇ ਆ ਜੀ ਹੁਣ ਵਿਚਕਾਰਲਾ ਰਸਤਾ 358 ਰੁਪਏ ਹਰਿਆਣੇ ਵਾਲੇ ਦੇ ਰਹੇ ਨੇ ਤੇ ਪੰਜਾਬ ਵਾਲੇ ਉਹ ਹੀ ਪੰਜਾਂ ਸਾਲਾਂ ਤੋਂ 310 ਰੁਪਏ ਦੇ ਰਹੇ ਸੀ ਕਿਸਾਨਾਂ ਨੇ ਇੰਨੇ ਮੈਮੋਰੰਡਮ ਦਿੱਤੇ ਮੰਤਰੀਆਂ ਨੂੰ ਦਿੱਤੇ ਮੁੱਖ ਮੰਤਰੀ ਨੂੰ ਆਖਿਆ ਮਿਲ ਮਾਲਕਾਂ ਨੂੰ ਆਖਿਆ ਡੀਸੀਆਂ ਕੋਲ ਗਏ ਔਰ ਕਮਿਸ਼ਨਰ ਤੱਕ ਗਏ ਕੈਨ ਕਮਿਸ਼ਨਰ ਨੂੰ ਵੀ ਆਖਿਆ ਖੇਤੀਬਾੜੀ ਅਫਸਰਾਂ ਨੂੰ ਵੀ ਆਖਿਆ ਮੇਰਾ ਕਹੇ ਮੈਮੋਰੈਂਡਮ ਇਕੱਠੇ ਕਰਨੇ ਹੁਣ ਤੱਕ ਕੱਲੇ ਕੱਲੇ ਜ਼ਿਲ੍ਹੇ ਦੇ ਹੈੱਡਕੁਆਰਟਰ ਦੇ ਵਿੱਚ ਜਿੱਥੇ ਗੰਨੇ ਦੀ ਕਾਸ਼ਤ ਜ਼ਿਆਦਾ ਹੁੰਦੀ ਹੈ ਥੱਬੇ ਪਏ ਹੋਣਗੇ ਜਿਹੜੇ ਕਿਸਾਨਾਂ ਨੇ ਦਿੱਤੇ ਨੇ ਭਾਈ ਸਾਡੀ ਕੀਮਤ ਬਤਾਓ ਸਾਨੂੰ ਪੇਮੈਂਟ ਦਿਓ ਸਾਨੂੰ ਕੀਮਤ ਪ੍ਰੋਪਰ ਕੀਮਤ ਦਿਓ ਵਾਜਬ ਦਿਓ ਜੀ ਸੁਣੀ ਕਿਸੇ ਨੇ ਨਾ ਤੇ ਫੇਰ ਧਰਨਾ ਹੀ ਲਾਉਣਾ ਪਿਆ ਨਾ ਹੁਣ ਇਹ ਗੱਲ ਇੱਥੇ ਆ ਗਈ ਖਲੋਤੀ ਹੈ ਕਿ ਕੋਈ ਵੀ ਮੰਗ ਤੁਸੀਂ ਮਨਵਾਉਣੀ ਹੈ ਤੇ ਭਾਈ ਲਾਓ ਧਰਨਾ ਪਹਿਲਾਂ ਫੇਰ ਬਤਾ ਖੰਜਲ ਖੁਆਰ ਤੇ ਹੋ ਰਹੇ ਨੇ ਸਾਰੇ ਇਹ ਗੱਲ ਠੀਕ ਹੈ ਤੇ ਕਿਸਾਨਾਂ ਕੋਲ ਫੇਰ ਚੋਆਇਸ ਕੀ ਬਚਦੀ ਹੈ ਇਸ ਤੋਂ ਇਲਾਵਾ ਹੁਣ ਕਿਸਾਨਾਂ ਦੇ ਬੋਲ ਜਿਹੜੀ ਆ ਸਰਕਾਰ ਦੀ ਕੋਰਟ ਦੇ ਵਿੱਚ ਹੈ ਕਿਸਾਨ ਕਹਿੰਦੇ ਨੇ ਕਿ ਹੋਰ ਕੁਝ ਨਹੀਂ ਤਾਂ ਸਾਨੂੰ 400 ਵਾਲੀ ਗੱਲ ਵੀ ਹੈ ਉਹ ਤੇ ਸੌਦੇਬਾਜ਼ੀ ਹੋ ਜਾਂਦੀ ਨਾ ਫਿਰ ਜੀ ਬਿਲਕੁਲ ਪਰ ਅਸਲੀਅਤ ਵਿੱਚ ਕਿਸਾਨ ਚਾਹੁੰਦੇ ਨੇ ਕਿ ਅਸੀਂ ਹਰਿਆਣੇ ਤੋਂ ਮੜੇ ਹ ਕਿਸੇ ਕੰਮ ਸਾਡੇ ਗੰਨੇ ਵਿੱਚ ਖੰਡ ਘਟ ਹੈ ਜਾਂ ਸਾਡੀ ਲਾਗਤ ਘਟ ਹੈ ਸਾਨੂੰ ਡੀਜ਼ਲ ਸਸਤਾ ਮਿਲਦਾ ਹੈ ਜਾਂ ਹੋਰ ਕੋਈ ਚੀਜ਼ ਸਸਤੀ ਮਿਲਦੀ ਉਹ ਤੇ ਸਾਨੂੰ ਦੱਸੋ ਭਾਈ ਪਰ ਬਾਦਰ ਲੈਂਡ ਪਾਰਟੀ ਨੇ ਰਾਜਨੀਤੀ ਫੇਰ ਕਰਤੀ ਹੈ ਇਸ ਅੰਦੋਲਨ ਤੇ ਬਿਲਕੁਲ ਉਹ ਕਰ ਰਹੇ ਨੇ ਉਹਨਾਂ ਦੇਖੋ ਜੇ ਉਹਨਾਂ ਦਾ ਆਪਣਾ ਰਾਜ ਭਾਗ ਦਾ ਸਮਾਂ ਦੇਖਿਆ ਜਾਵੇ ਤੇ ਬਹੁਤੀ ਪ੍ਰਾਪਤੀ ਨਹੀਂ ਇਸ ਖੇਤਰ ਦੇ ਵਿੱਚ ਜੀ ਮੈਂ ਵਿਅਕਤੀਗਤ ਤੌਰ ਤੇ ਮੈਂ ਨਾਮ ਨਹੀਂ ਹੁਣ ਲੈਣੇ ਚਾਹਾਂਗਾ ਮੈਂ ਉਦਾਹਰਨ ਦੇ ਸਕਦਾ ਜਿੱਥੇ ਉਹਨਾਂ ਨੇ ਸਹਿਕਾਰੀ ਮਿਲਾਂ ਨੂੰ ਜਾਣ ਬੁੱਝ ਕੇ ਅਪਗ੍ਰੇਡ ਨਹੀਂ ਕੀਤਾ ਸਿਰਫ ਕੁਝ ਆਗੂਆਂ ਨੂੰ ਇਹ ਨਹੀਂ ਕਿ ਆਪਣੇ ਬਲਕਿ ਵਿਰੋਧੀ ਧਿਰ ਦੇ ਆਗੂਆਂ ਨੂੰ ਵੀ ਮਦਦ ਪਹੁੰਚਾਉਣ ਦੀ ਖਾਤਰ ਉਹਨਾਂ ਦੀ ਸ਼ੈਤ ਹੈ ਸਹਿਕਾਰੀ ਮਿਲਾਂ ਨੂੰ ਡੁੱਬਣ ਦਿੱਤਾ ਗਿਆ ਜੀ ਸੋ ਹੁਣ ਰਾਜਨੀਤੀ ਕੀਤੀ ਜਾ ਰਹੀ ਹੈ ਇਹ ਸਾਰੇ ਕਹਿਣਗੇ ਕਿ ਹੁਣ ਅਸੀਂ ਇਸ ਤਰ੍ਹਾਂ ਕਰ ਦਵਾਂਗੇ ਇਸ ਤਰ੍ਹਾਂ ਕਰ ਦਵਾਂਗੇ ਪਰ ਹੁਣ ਇਸ ਵੇਲੇ ਸਰਕਾਰ ਗੋਡਿਆਂ ਭਰ ਹੋਈ ਪਈ ਪੰਜਾਬ ਦੀ ਪਰ ਸੁਵਲਿੰਦ ਜੀ ਪਹਿਲੀ ਵਾਰੀ ਹੋਇਆ ਕਿ ਕਿਸੇ ਫਸਲ ਦਾ ਮੁੱਲ ਤੈਅ ਕਰਨ ਵਾਸਤੇ ਕਿਸਾਨ ਨੂੰ ਮੀਟਿੰਗ ਦੇ ਵਿੱਚ ਬਿਠਾਇਆ ਗਿਆ ਇਹ ਜਿੱਤ ਹੈ ਮੈਂ ਇਹਨੂੰ ਜਿੱਤ ਸਮਝਦਾ ਜੀ ਜੀ ਤੇ ਕਿਸਾਨ ਵਿੱਚ ਬੈਠਾ ਤੇ ਗੱਲ ਕਰ ਰਹੇ ਨੇ ਉਹਦੇ ਨਾਲ ਪੁੱਛ ਰਹੇ ਨੇ ਤੇ ਕਿਸਾਨ ਉੱਥੇ ਗਏ ਨੇ ਕੱਲ ਨੂੰ ਫੇਰ ਜਾਣਾ ਹੈ ਚੰਡੀਗੜ੍ਹ ਜਾ ਕੇ ਮੇਰਾ ਖਿਆਲ ਹੈ ਕਿ ਕੱਲ ਨੂੰ ਇਹ ਮਾਮਲਾ ਨਿਪਟ ਜਾਵੇਗਾ ਪਰ ਸਰਕਾਰ ਵਾਸਤੇ ਇੱਕ ਸ਼ਰਮ ਦੀ ਗੱਲ ਹੈ ਕਿ ਇੰਨਾ ਕੁਝ ਕਰਵਾ ਕੇ ਜੋ ਨਿਪਟਾਉਣਾ ਕਿੰਨਾ ਰਕਮ ਜ਼ਾਇਆ ਕੀਤੀ ਗਈ ਕਿੰਨੇ ਲੋਕ ਖਜਲਖوار ਹੋ ਰਹੇ ਨੇ ਰਸਤੇ ਤੇ ਇਹ ਸਾਰਾ ਕੁਝ ਨਾ ਹੁੰਦਾ ਤੇ ਚੰਗੀ ਗੱਲ ਸੀ ਜੀ ਕੁਲਦੀਪ ਜੀ ਜੇ ਗੱਲ ਕਰੀਏ ਸਿੱਧੂ ਦੇ ਸਲਾਹਕਾਰਾਂ ਦੀ ਤੇ 11 ਅਗਸਤ ਤੋਂ ਪਹਿਲਾਂ ਬਹੁਤਿਆਂ ਨੂੰ ਨਹੀਂ ਸੀ ਪਤਾ ਵੀ ਮਾਲਵਿੰਦਰ ਸਿੰਘ ਮਾਲੀ ਕੌਣ ਹੈ ਪਰ ਹੁਣ ਉਹ ਵਿਵਾਦਾਂ ਨੂੰ ਰੋਜ਼ ਹੀ ਜੱਫੇ ਮਾਰ ਲੈਂਦੇ ਨੇ ਤੇ ਕੈਪਟਨ ਸਾਹਿਬ ਉਹਨਾਂ ਨੂੰ ਕੁੜੀਆਂ ਦੇ ਰਹੇ ਨੇ ਸਲਾਹਾਂ ਦੀ ਇਸ ਤੋਂ ਪਹਿਲਾਂ ਕਿ ਸਿੱਧੂ ਦੇ ਸਲਾਹਕਾਰਾਂ ਦੀ ਗੱਲ ਕੀਤੀ ਜਾਵੇ ਅੱਜ ਸਿੱਧੂ ਸਾਹਿਬ ਵੀ ਬੋਲੇ ਨੇ ਹੂੰ ਉਹ ਕਹਿੰਦੇ ਸੀ ਤਾਜਪੋਸ਼ੀ ਜਿੱਦਣ ਸੋ ਕਾਲਡ ਹੋਈ ਤਾਜਪੋਸ਼ੀ ਕਥਿਤ ਤੌਰ ਤੇ ਉਦੋਂ ਲੋ ਕਹਿੰਦੇ ਸੀ ਕਿ ਖੂਹ ਕੋਲ ਪਿਆਸੇ ਨੇ ਆਉਣਾ ਖੂਹ ਨੇ ਨਹੀਂ ਜਾਣਾ ਪਿਆਸੇ ਕੋਲ ਕਿਸਾਨਾਂ ਨੂੰ ਉਹ ਦਿੱਲੀ ਵਿੱਚ ਬੈਠੇ ਕਿਸਾਨਾਂ ਦੀ ਗੱਲ ਕਰ ਰਿਹਾ ਸੀ ਜੀ ਚਲੋ ਦਿੱਲੀ ਦੂਰ ਵੀ ਆ ਕਹਿੰਦੇ ਪਰ ਜਦੋਂ ਜੰਤਰ ਮੰਤਰ ਤੇ ਗਏ ਹੋਏ ਸੀ ਕਿਸਾਨ ਤੇ ਨਾਲ ਕਾਂਗਰਸੀ ਆਗੂ ਉੱਥੇ ਵਿਜ਼ਟਰ ਗੈਲਰੀ ਦੇ ਵਿੱਚ ਬੈਠੇ ਤੇ ਇਹਨਾਂ ਦਾ ਜਿਹੜਾ ਆਗੂ ਹੈ ਰਾਹੁਲ ਗਾਂਧੀ ਉਹ ਵੀ ਉੱਥੇ ਪਹੁੰਚਿਆ ਤੇ ਨਵਜੋਤ ਸਿੱਧੂ ਉਥੇ ਕਿਉਂ ਨਾ ਪਹੁੰਚੇ ਬਾਰ-ਬਾਰ ਗੱਲ ਅਸੀਂ ਕਰਦੇ ਆਂ ਜੀ ਗੱਲ ਤਾਂ ਸੋਚਣ ਵਾਲੀ ਆ ਕਿਉਂ ਨਾ ਨਵਜੋਤ ਸਿੱਧੂ ਪਹੁੰਚੇ ਉਥੇ ਨਵਜੋਤ ਸਿੱਧੂ ਨੂੰ ਉਸ ਦਿਨ ਤਾਂ ਜਾਣਾ ਚਾਹੀਦਾ ਸੀ ਸ਼ਾਇਦ ਇਹਨਾਂ ਨੂੰ ਡਰ ਸੀ ਕਿ ਸਵਾਲ-ਜਵਾਬ ਹੋਣਗੇ ਤੇ ਫੇਰ ਪਤਾ ਨਹੀਂ ਕੀ ਬਣੇਗਾ ਮੈਂ ਨਾ ਜਾਵਾਂ ਤਾਂ ਚੱਕੀ ਗੱਲ ਹੈ ਹੁਣ ਸਿੱਧੂ ਬੋਲੇ ਨੇ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉੱਤਰਾਖੰਡ ਤੇ ਹਰਿਆਣੇ ਦੇ ਘਟੋ-ਕਟ ਜੇ ਜ਼ਿਆਦਾ ਨਹੀਂ ਤਾਂ ਬਰਾਬਰ ਜ਼ਰੂਰ ਕਿਸਾਨਾਂ ਨੂੰ ਗੰਨੇ ਦਾ ਮੁੱਲ ਦੇਵੇ ਜੀ ਚੌਥੇ ਦਿਨ ਸਿੱਧੂ ਸਾਹਿਬ ਦੀ ਅੱਖ ਖੁੱਲੀ ਆ ਬਿਲਕੁਲ ਟਵੀਟ ਕੀਤਾ ਉਹਨਾਂ ਨੇ ਹੂੰ ਤੇ ਉਹਨਾਂ ਨੇ ਇੰਸ਼ੋਰੈਂਸ ਦੀ ਗੱਲ ਕੀਤੀ ਹੈ ਕਿ ਇਹਨਾਂ ਨੂੰ ਦਿਓ ਤੇ ਹੁਣ ਦਿੰਦੇ ਨੇ ਜੇ ਨਹੀਂ ਜੇ ਸਿੱਧੂ ਸਾਹਿਬ ਦੀ ਗੱਲ ਸੁਣੀ ਜਾਂਦੀ ਕਿ ਨਹੀਂ ਜੀ ਪਰ ਮੈਨੂੰ ਲੱਗਦਾ ਹੈ ਕਿ ਸੁਵਲੇਜ ਜੀ ਸੁਣੀ ਜਾਵੇਗੀ ਕਿਉਂਕਿ ਸਿੱਧੂ ਸਾਹਿਬ ਦੀ ਅੱਜਕੱਲ ਸੁਣੀ ਜਾ ਰਹੀ ਹੈ ਪ੍ਰਧਾਨ ਸਾਹਿਬ ਨੇ ਅਗਲੇ ਤੇ ਪ੍ਰਧਾਨ ਸਾਹਿਬ ਨੇ ਤੇ ਕਿਸਾਨਾਂ ਦਾ ਫਾਇਦਾ ਸਾਦੇ ਹਿੱਸੇ 'ਚ ਹੋ ਜਵੇ ਜੀ ਬਾਕੀ ਗੱਲ ਜਿਹੜਾ ਮੇਰੇ ਖਾਲ ਬ੍ਰੇਕ ਤੋਂ ਬਾਅਦ ਕਰਦੇ ਜਿਸਲਾ ਕਰ ਵਾਲੇ ਬਿਲਕੁਲ ਜੀ ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇਸ ਵੇਲੇ ਵੇਲਾ ਹੋ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਦਾ ਜਲਦ ਹਾਜ਼ਰ ਹੁੰਦੇ ਆ ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਸਿੱਧੂ ਦੇ ਸਲਾਹਕਾਰਾਂ ਨੂੰ ਕੈਪਟਨ ਸਰਕਾਰ ਨੇ ਕੈਪਟਨ ਨੇ ਕਿਹੜੀ ਪੁੜੀ ਦਿੱਤੀ ਹੈ ਤੇ ਕੁਲਦੀਪ ਜੀ ਤੋਂ ਪੁੱਛਦੇ ਹਾਂ ਕਿ ਸਿਰਫ ਮਾਲੀ ਨੂੰ ਹੀ ਪੁੜੀ ਦਿੱਤੀ ਹੈ ਕਿ ਸਾਰਿਆਂ ਨੂੰ ਦਿੱਤੀ ਹੈ ਦੋ ਜਿਹੜੇ ਸਲਾਹਕਾਰ ਨੇ ਨਾ ਜੀ محمد ਮੁਸਤਫਾ ਤਾਂ ਜੇ ਥੋੜਾ ਜਿਹਾ ਇਹ ਨਾਊਟ ਵਾਲੇ ਚੱਕਰ 'ਚ ਨਹੀਂ ਹੈ ਜੀ ਜੀ ਤੇ ਜ਼ਿਆਦਾ ਕਰਕੇ ਜਿਹੜਾ ਮਾਲਵਿੰਦਰ ਮਾਲੀ ਤੇ ਪੈਰੇ ਲਾਲ ਕਰਗ ਹਾਈਲਾਈਟਡ ਵੀ ਜ਼ਿਆਦਾ ਇਹੋ ਹੀ ਦੋ ਹਨ ਪੈਰੇ ਲਾਲ ਕਰਗ ਜਿਹੜੇ ਨੇ ਉਹ ਵਿਸ਼ਲੇਸ਼ਕ ਨੇ ਚੋਣ ਵਿਸ਼ਲੇਸ਼ਕ ਕਹਿ ਲਓ ਬਜਟ ਕਹਿ ਲਓ ਜਾਂ ਆਰਥਿਕ ਮੁੱਦਿਆਂ ਤੇ ਜਾਂ ਕਿਵੇਂ ਵੀ ਉਹਨਾਂ ਨੂੰ ਕਹਿ ਲਓ ਜਾਂ ਓਵਰਆਲ ਮੁੱਦਿਆਂ ਤੇ ਆਪਣੇ ਵਿਚਾਰ ਉਹ ਦਿੰਦੇ ਨੇ ਜੀ ਡਾਕਟਰ ਨੇ ਡਾਕਟਰ ਪੈਰਲਾਲ ਗਾਰਗ ਨੇ ਪਹਿਲਾਂ ਇਹ ਕਹਿ ਦਿੱਤਾ ਸੀ ਕਿ ਮੈਂ ਕੋਈ ਅਹੁਦੇ ਦੀ ਨਹੀਂ ਹੈਗਾ ਸਲਾਹ ਪਰ ਮੈਂ ਦੇਈ ਜਾਵਾਂਗਾ ਨਵਜੋਤ ਸਿੰਘ ਸਿੱਧੂ ਨੂੰ ਅਹੁਦਿਆਂ ਦੀ ਭੁੱਖ ਨਹੀਂ ਅਹੁਦਿਆਂ ਦੀ ਭੁੱਖ ਨਹੀਂ ਮਾਲਵਿੰਦਰ ਮਾਲੀ ਜਿਹੜੇ ਕਿਸਾਨ ਅੰਦੋਲਨ ਦੀ ਉਪਜ ਨੇ ਜ਼ਿਆਦਾ ਕਰਕੇ ਹਾਂਜੀ ਤੇ ਉਹਨਾਂ ਨੇ ਆਪਣਾ ਇੱਕ ਰਸਤਾ ਜਾਂ ਇੱਕ ਜਗ੍ਹਾ ਤੇ ਬਣਾਈ ਆ ਇਸ ਵਿੱਚ ਕੋਈ ਸ਼ੱਕ ਨਹੀਂ ਤੇ ਨਵਜੋਤ ਸਿੰਘ ਸਿੱਧੂ ਦੇ ਪ੍ਰਸ਼ਾਸਕ ਵੀ ਰਹੇ ਨੇ ਨਵਜੋਤ ਸਿੰਘ ਸਿੱਧੂ ਦੇ ਤੂਫਾਨੀ ਦੌਰ ਜਦੋਂ ਟਵੀਟਾਂ ਦੀ ਝੜੀ ਲੱਗੀ ਸੀ ਉਹ ਸਪੋਰਟ ਕਰਦੇ ਰਹੇ ਨੇ ਜਾਬਦੇਵ ਨੇ ਪ੍ਰਸ਼ੰਸਕ ਕਿਉਂਕਿ ਜਦੋਂ ਦੇ ਬਣੇ ਨੇ ਨਾ ਉਹ ਸਲਾਹਕਾਰ ਤੇ ਲਗਾਤਾਰ ਵਿਵਾਦਾਂ ਚ ਆ ਰਹੇ ਨੇ ਬੋਲੀ ਜਾ ਰਹੇ ਨੇ ਕੁਛ ਨਾ ਕੁਛ ਅਸਲ ਚ ਉਹ ਪਹਿਲਾਂ ਵੀ ਬਿਆਨ ਇਸ ਤਰ੍ਹਾਂ ਦੇ ਦਿੰਦੇ ਸਨ ਉਹ ਇੰਨੇ ਨੋਟਿਸ ਨਹੀਂ ਸੀ ਹੁੰਦੇ ਪਰ ਕਿਉਂਕਿ ਹੁਣ ਉਹ ਸਲਾਹਕਾਰ ਨੇ ਹੁਣ ਉਹਨਾਂ ਦੇ ਦਿੱਤੇ ਗਏ ਬਿਆਨ ਨੂੰ ਹੋਰ ਤਰੀਕੇ ਨਾਲ ਉਸ ਦੀ ਤੂਲ ਮਿਲੇਗੀ ਹਾਂ ਤੂਲ ਵੀ ਮਿਲੇਗੀ ਕੋਖਿਆ ਜਾਵੇਗਾ ਸਮੀਖਿਆ ਹੋਵੇਗੀ ਮਾਲਵਿੰਦਰ ਮਾਲੀ ਨੇ ਇਹ ਫੇਸਬੁੱਕ ਪੇਜ ਤੇ ਜਿਹੜੀ ਸੀ ਪੋਸਟ ਪਾ ਦਿੱਤੀ ਜੀ ਉਸ ਵਿੱਚ ਇਹ ਕਹਿ ਦਤਾ ਕਿ ਦੇਖੋ ਪਾਕਿਸਤਾਨ ਤੇ ਇੰਡੀਆ ਵਾਲੇ ਜਿਹੜੇ ਹਨ ਕਸ਼ਮੀਰ ਦੇ ਮੁੱਦੇ ਨੂੰ ਰਾਜਨੀਤੀ ਦੇ ਤੌਰ ਤੇ ਵਰਤਦੇ ਰਹੇ ਨੇ ਤੇ ਕਸ਼ਮੀਰ ਜਿਹੜਾ ਹੈ ਨਾ ਪਾਕਿਸਤਾਨ ਦਾ ਨਾ ਇੰਡੀਆ ਦਾ ਉਹ ਕਸ਼ਮੀਰ ਕਸ਼ਮੀਰੀਆਂ ਦਾ ਤੇ ਆਰਟੀਕਲ 370 ਵੀ ਖਤਮ ਕੀਤਾ ਜਾਵੇ ਚਲੋ ਉਹ ਇੱਕ ਵੱਖਰੀ ਗੱਲ ਹੈ ਜੀ ਆਰਟੀਕਲ 370 ਤੇ ਤਾਂ ਹੋਰ ਬਹੁਤ ਲੋਕ ਵੀ ਕਹਿੰਦੇ ਨੇ ਬਿਲਕੁਲ ਉਹ ਕੋਰਟ ਦੇ ਵਿੱਚ ਮਾਮਲਾ ਵੀ ਹੈ ਹਮ ਪਰ ਜਦੋਂ ਉਹ ਇਸ ਮੁੱਦੇ ਤੇ ਬੋਲੇ ਨੇ ਫਿਰ ਉਹਨਾਂ ਦੀ ਵਿਰੋਧਤਾ ਸ਼ੁਰੂ ਹੋਈ ਵਿਰੋਧੀ ਧਿਰਾਂ ਨੇ ਵੀ ਕਿਹਾ ਤੇ ਕਾਂਗਰਸ ਦੇ ਅੰਦਰੋਂ ਵੀ ਸੁਰਾਂ ਉਠੀਆਂ ਜੀ ਤੇ ਪੈਰਲਲ ਗਰਗ ਨੇ ਕੀ ਗੱਲ ਕੀਤੀ ਸੀ ਡਾਕਟਰ ਸਾਹਿਬ ਨੇ ਉਹ ਕਹਿੰਦੇ ਜੀ ਕਿ ਜਦੋਂ ਪਾਕਿਸਤਾਨ ਦੇ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਇੱਕ ਬਾਰਡਰ ਦੀ ਗੱਲ ਕਰਦੇ ਨੇ ਕਿ ਉਧਰੋਂ ਕੁਝ ਆ ਰਿਹਾ ਹੈ ਕੁਝ ਹੋ ਰਿਹਾ ਹੈ ਤੇ ਇਹ ਗੈਰਸਮੇ ਬਰਾਨਾ ਜੀ ਗੱਲ ਲੱਗਦੀ ਹੈ ਇਸ ਨਾਲ ਪੰਜਾਬ ਦੇ ਸਬੰਧ ਜਿਹੜੇ ਹਨ ਕੋ ਬਹੁਤੇ ਚੰਗੇ ਨਹੀਂ ਬਣ ਗਏ ਪੰਜਾਬ ਤੇ ਕੁਝ ਬਹੁਤਾ ਚੰਗਾ ਅਸਰ ਇਸ ਦੇ ਨਾਲ ਪੈਣ ਵਾਲਾ ਨਹੀਂ ਜੀ ਆਪਣੇ ਆਪ ਗੱਲ ਦੇ ਵਿੱਚੋਂ ਬਹੁਤੇ ਕਲੀਅਰ ਨਹੀਂ ਸੀ ਉਹਨਾਂ ਦਾ ਬਿਆਨ ਹਮ ਪਰ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਚੰਗੀ ਤਰ੍ਹਾਂ ਉਸ ਦੀ ਵਿਆਖਿਆ ਕਰ ਲਈ ਜਾਪਦੀ ਹੈ ਦੋਨਾਂ ਦੀ ਮਾਲਵਿੰਦਰ ਮਾਲੀ ਦੇ ਮਾਮਲੇ ਚ ਉਹ ਕਹਿੰਦੇ ਨੇ ਕਿ ਕਸ਼ਮੀਰ ਇੰਡੀਆ ਦਾ ਟੁੱਟ ਅੰਗ ਹੈ ਜੰਗਾਂ ਲੜ ਹੋਈਆਂ ਨੇ ਇਹਦੇ ਬਦਲੇ ਤੇ ਪਾਕਿਸਤਾਨ ਦਾ ਇਸ ਵਿੱਚ ਕੋਈ ਰੋਲ ਨਹੀਂ ਹੈ ਕਸ਼ਮੀਰ ਕਿਸੇ ਦਾ ਨਹੀਂ ਹੈ ਉਹਦਾ ਨਹੀਂ ਹੈ ਸਾਡਾ ਆਪਣਾ ਕਸ਼ਮੀਰ ਹੈ ਤੇ ਅਸੀਂ ਕਸ਼ਮੀਰ ਇਹ ਟੁੱਟ ਕੇ ਜਾਣ ਨਹੀਂ ਦੇਵਾਂਗੇ ਜੀ ਆਰਟੀਕਲ 370 ਦੇ ਬਾਰੇ ਇਹਨਾਂ ਦੇ ਬਿਆਨ ਕੁਝ ਹੋਰ ਨੇ ਵੈਸੇ ਪਹਿਲਾਂ ਖੈਰ ਇਸ ਮੁੱਦੇ ਤੇ ਉਹਨਾਂ ਨੇ ਉਹਦਾ ਜ਼ਿਕਰ ਨਹੀਂ ਕੀਤਾ ਜੀ ਪਰ ਮਾਲਵਿੰਦਰ ਮਾਲੀ ਦੇ ਇਹਨਾਂ ਬਿਆਨਾਂ ਤੇ ਉਹਨਾਂ ਨੇ ਕਿੰਤੂ ਪ੍ਰੰਤੂ ਕੀਤਾ ਕਿ ਇਹ ਗੈਰ ਜ਼ਿੰਮੇਵਾਰਾਨਾ ਬਿਆਨ ਨੇ ਇਹਨਾਂ ਨੂੰ ਵਾਪਸ ਲੈਣੇ ਚਾਹੀਦੇ ਨੇ ਤੇ ਉਹਨਾਂ ਨੇ ਅਜੇ ਤੱਕ ਵਾਪਸ ਨਹੀਂ ਲਏ ਤੇ ਬਲਕਿ ਉਹ ਇਹਨਾਂ ਨੂੰ ਐਨਕਸਪਲੇਨ ਕਰਦੇ ਹੋਏ ਨਜ਼ਰ ਆ ਰਹੇ ਨੇ ਜੀ ਤੇ ਸਿੱਧੂ ਸਾਹਿਬ ਨੇ ਨਹੀਂ ਕਹਾਨੀ ਮਨੀਸ਼ ਤਵਾੜੀ ਵੀ ਬੋਲੇ ਨਹੀਂ ਜੀ ਸਿੱਧੂ ਸਾਹਿਬ ਅਜੇ ਤੱਕ ਬਹੁਤਾ ਨਹੀਂ ਬੋਲੇ ਅੰਦਰ ਖਾਤੇ ਹੁਣ ਚੱਲ ਰਹੀ ਗੱਲ ਹੈ ਪਰ ਡਾਕਟਰ ਪਹਿਰੇ ਲਾਲ ਗਰਗ ਬਾਰੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦੇਖੋ ਇੱਕ ਇੱਕ ਜਿਹੜਾ ਉਹਨਾਂ ਦਾ ਬਿਆਨ ਹੈ ਦੇਖੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ 80 ਤੋਂ 90% ਦੇ ਵਿੱਚ ਪੰਜਾਬ ਦੇ ਵਿੱਚ ਜਿੰਨੀ ਇਨসারਜੈਂਸੀ ਹੋਈ ਸੀ ਜਿੰਨੇ ਹਥਿਆਰ ਆਉਂਦੇ ਸੀ ਸਾਰੇ ਪਾਕਿਸਤਾਨ ਤੋਂ ਆਉਂਦੇ ਸੀ ਤੇ ਤੁਹਾਨੂੰ ਬਿਆਨ ਜਿਹੜਾ ਸੋਚ ਸਮਝ ਕੇ ਦੇਣਾ ਚਾਹੀਦਾ ਹੈ ਸੋ ਇੱਥੇ ਬਹੁਤ ਸਾਰੀਆਂ ਨੇ ਹੱਥਾਂ ਦੀਆਂ ਜਾਨਾਂ ਗਈਆਂ ਤੇ ਡਾਕਟਰ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਸਾਰੀ ਗੱਲ ਦਾ ਤੇ ਫਿਰ ਉਹਨਾਂ ਨੇ ਅਖੀਰ ਤੇ ਸਮਾਂਪ ਜਿਹੜਾ ਕੀਤਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਤੇ ਉਹਨਾਂ ਦੇ ਮੀਡੀਆ ਸਲਾਹਕਾਰ ਵੀ ਇਸ ਵਿੱਚ ਸ਼ਾਮਲ ਹੋ ਗਏ ਨੇ ਜਿਹੜੇ ਫਿਰ ਚੁੱਪ ਹੋ ਜਾਂਦੇ ਨੇ ਜਦੋਂ ਸਿੱਧੂ ਵਾਲਾ ਫੈਕਟਰ ਆਉਂਦਾ ਤੇ ਉਹਨਾਂ ਨੂੰ ਵੀ ਕਿਤੇ ਕਿਤੇ ਬੋਲਣ ਦਾ ਮੌਕਾ ਮਿਲਦਾ ਹੈ ਉਹ ਕਹਿੰਦੇ ਕਿ ਜੇਸ ਮੁੱਦੇ ਦਾ ਨਾਂ ਪਤਾ ਹੋਵੇ ਜਿਸ ਮੁੱਦੇ ਤੇ ਅਧੂਰੀ ਜਾਣਕਾਰੀ ਹੋਵੇ ਉਸ ਤੇ ਬੋਲਣਾ ਨਹੀਂ ਚਾਹੀਦਾ ਸੋ ਦੋਨਾਂ ਨੂੰ ਉਹਨਾਂ ਨੇ ਇਹ ਸਲਾਹ ਦਿੱਤੀ ਹੈ ਮਨੀਸ਼ ਤਵਾੜੀ ਨੇ ਕਿਹਾ ਕਿ ਇਸ ਦੀ ਸ਼ਿਕਾਇਤ ਜਿਹੜੀ ਕੇਂਦਰੀ ਹਾਈ ਕਮਾਂਡ ਕੋਲ ਹੋਵੇਗੀ ਤੇ ਇਹਨਾਂ ਦੇ ਬਿਆਨਾਂ ਦਾ ਇਹਨਾਂ ਤੋਂ ਮਤਲਬ ਪੁੱਛਿਆ ਜਾਵੇਗਾ ਹੁਣ ਅਖੀਰਲੀ ਇਸ ਦੇ ਵਿੱਚ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਅੱਜ ਡਾਕਟਰ ਪੈਰੇ ਲਾਲ ਕਾਰਕ ਤੇ ਮਾਲਵਿੰਦਰ ਮਾਲੀ ਨੂੰ ਆਪਣੀ ਰਹਾਇਸ਼ ਪਟਿਆਲਾ ਵਿਖੇ ਸਤਿਆ ਕੰਨ ਖਿੱਚਣ ਲਈ ਜੀ ਸੋ ਰਹਾਇਸ਼ ਪਟਿਆਲਾ ਹੀ ਆ ਹੁਣ ਠੀਕ ਹੈ ਸੋ ਨਵਜੋਤ ਸਿੰਘ ਸਿੱਧੂ ਨੇ ਉੱਥੇ ਇਹਨਾਂ ਨੂੰ ਬੁਲਾਇਆ ਜ਼ਾਹਿਰਾ ਤੌਰ ਤੇ ਉਹਨਾਂ ਤੋਂ ਜਾ ਉਹਨਾਂ ਨੂੰ ਕਹਿਣਗੇ ਕਿ ਤੁਸੀਂ ਆਪਣੇ ਬਿਆਨਾਂ ਤੋਂ ਪਿਛੇ ਮੁੜੋ ਉਹ ਜਾ ਐਕਸਪਲੇਨੇਸ਼ਨ ਦਿਓ ਤੇ ਜਾਂ ਗਾਂ ਵਾਸਤੇ ਥੋੜਾ ਭਾਈ ਖਿਆਲ ਰੱਖੋ ਸਲਾਹਕਾਰ ਮੇਰੇ ਹੋ ਤੁਸੀਂ ਤੇ ਮੇਰੀ ਮੇਨੂੰ ਸਲਾਹ ਦੇਣ ਤੱਕ ਸੀਮਿਤ ਰੋ ਪਬਲੀਕਲੀ ਬਿਆਨ ਦੇਣ ਤੱਕ ਤੁਸੀਂ ਨਾ ਜਾਓ ਜੀ ਤੇ ਜੇ ਗੱਲ ਹੁਣ ਕਰ ਲਈਏ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੀ ਅਮਨ ਆਮਾਨ ਦੇ ਨਾਲ ਉਹ ਨਿਪਰੇ ਚੜੀਆਂ ਨੇ ਤੇ ਕਿੰਨਾ ਕੋ ਉਤਸ਼ਾਹ ਸੀਗਾ ਕੱਲ ਵੋਟਰਾਂ ਦੇ ਵਿੱਚ ਤੇ ਮੁੱਦੇ ਇਸ ਵੇਲੇ ਕਿਹੜੇ-ਕਿਹੜੇ ਰਹੇ ਨੇ ਉੱਥੇ ਚੋਣਾਂ ਦੌਰਾਨ ਕਈ ਸਵਾਲ ਨੇ ਸੁਵਲੀਨ ਜੀ ਇੱਕ ਤੇ ਇਹ ਕਿ ਉਤਸ਼ਾਹ ਉਤਸ਼ਾਹ ਘਟ ਰਿਹਾ ਪਿਛਲੀ ਵਾਰੀ ਨਾਲ ਜੀ ਪਿਛਲੀ ਵਾਰੀ ਤਕਰੀਬਨ 2017 ਦੇ ਵਿੱਚ 45 ਫੀਸਦੀ ਵੋਟਾਂ ਪਈਆਂ ਸਨ ਤੇ ਇਸ ਵਾਰੀ ਜੇ ਉਹ ਆંકੜੇ ਕਹਿੰਦੇ ਨੇ 37 ਜ 38 ਪਰਸੈਂਟ ਫੀਸਦੀ ਹੋ ਸਕਦੀਆਂ ਨੇ ਵੋਟਾਂ ਸਾਡੇ 8 ਫੀਸਦੀ ਘਟ ਘਟੋ ਘਟ ਇੰਨੀਆਂ ਨੇ ਇਸ ਦੇ ਕਾਰਨ ਦੋ ਤਿੰਨ ਨੇ ਇੱਕ ਤਾਂ ਇਹ ਕਿ ਕੁਝ ਵੋਟਾਂ ਕਹਿੰਦੇ ਸੀ ਦੋਹਰੀਆਂ ਵੋਟਾਂ ਸੀ ਤੇ ਕੁਝ ਮੌਤਾਂ ਹੋ ਗਈਆਂ ਸੀ ਕੁਝ ਲੋਕ ਨਿਕਲ ਗਏ ਸੀ ਚਲੇ ਗਏ ਸੀ ਉਹ ਵੋਟਾਂ ਕੈਨਸਲ ਕਰਕੇ ਵੋਟਰ ਸੂਚੀ ਦੇ ਵਿੱਚ ਹੀ ਵੱਡਾ ਜਿਹੜਾ ਫਰਕ ਪਾਇਆ ਗਿਆ ਉਸ ਵਿੱਚੋਂ ਕਈ ਹਜ਼ਾਰ ਜਿਹੜੇ ਵੋਟਰ ਲਿਸਟ ਦੇ ਵਿੱਚੋਂ ਨਾਮ ਜਿਹੜਾ ਕੱਟ ਦਿੱਤਾ ਗਿਆ ਪਰੇ ਦਾ ਮਤਲਬ ਇਹ ਥਾ ਨੇ ਵੀ ਪਿਛਲੀ ਵਾਰੀ ਜਿਹੜੀਆਂ ਵੋਟਾਂ ਪਈਆਂ ਸੀ ਜਹਾਲੀ ਸੀ ਲੋਕ ਤਾਂ ਉੱਥੇ ਮੌਜੂਦ ਸੀ ਇੱਕ ਤੇ ਇਹਦੇ ਵਿੱਚ ਹੈ ਕਿ ਇਹ ਗੱਲ ਮੰਨੀ ਹੈ ਤਿੰਨ ਪਾਰਟੀਆਂ ਨੇ ਉਹਨਾਂ ਦੀ ਗੱਲ ਕਰਦੇ ਹਾਂ ਉਹਨਾਂ ਸਾਰੀਆਂ ਨੇ ਇਹ ਗੱਲ ਮੰਨੀ ਹੈ ਕਿ ਔਰਤਾਂ ਦੀ ਇਸ ਵਿੱਚ ਸ਼ਮੂਲੀਅਤ ਜਿਹੜੀ ਹੈ ਉਹ ਪੂਰੀ ਨਹੀਂ ਜਿੰਨੀ ਹੋਣੀ ਚਾਹੀਦੀ ਹੈ ਔਰਤਾਂ ਉਮੀਦਵਾਰ ਵੀ ਘਟਨੇ ਤੇ ਵੋਟ ਪਾਉਣ ਨੂੰ ਵੀ ਘਟ ਆਈਆਂ ਨੇ ਪਰ ਉੱਥੇ ਦਿੱਲੀ ਦੇ ਵਿੱਚ ਔਰਤਾਂ ਦੀ ਜਿਹੜੀ ਵੋਟਰ ਸੂਚੀ ਹੈ ਉਹ ਮਰਦਾਂ ਦੇ ਮੁਕਾਬਲੇ ਜ਼ਿਆਦਾ ਆ ਜੀ ਪਰ ਸਿੱਖ ਵੋਟਰਾਂ ਦੀ ਗੱਲ ਸ਼ਾਇਦ ਹੋਰ ਹੋਵੇਗੀ ਜੀ ਕਿਉਂਕਿ ਦਿੱਲੀ ਸ਼੍ਰੋਮਣੀ ਦਿੱਲੀ ਸਿੱਖ ਗੁਰਦੁਆਰਾ ਮੈਨੇਜ ਕਮੇਟੀ ਡੀ ਐਸ ਜੀ ਐਮ ਸੀ ਇਸ ਦਾ ਨਾਮ ਹੈ ਇਸ ਲਈਆਂ ਵੱਖਰੀਆਂ ਵੋਟਾਂ ਹੁੰਦੀਆਂ ਨੇ ਜੀ ਹੁਣ ਇਹਦੇ ਵਿੱਚ 25 ਅਪ੍ਰੈਲ ਨੂੰ ਪਹਿਲਾਂ ਹੋਣੀ ਸੀ ਫਿਰ ਕੋਰੋਨਾ ਮਹਾਮਾਰੀ ਦਾ ਜਿਆਦਾ ਫਲਾ ਹੋ ਗਿਆ ਤੇ ਸਾਰੀਆਂ ਤਿਆਰੀਆਂ ਜਿਹੜੀਆਂ ਸੀ ਰਹਿ ਗਈਆਂ ਸੀ ਤੇ ਕੇਰਿਵਾਲ ਸਰਕਾਰ ਨੇ ਕੈਸਲ ਕਰ ਦਿੱਤੀਆਂ ਸੀ ਤੇ ਇਹ ਹੁਣ ਹੋਈਆਂ 1974 ਤੋਂ ਲੈ ਕੇ ਹੁਣ ਤੱਕ ਹੋ ਰਹੀਆਂ ਨੇ ਜੀ ਇਸ ਵਾਰੀ ਜਿਹੜੀਆਂ ਤਿੰਨ ਪ੍ਰਮੁੱਖ ਪਾਰਟੀਆਂ ਨੇ ਉਹਨਾਂ ਵਿੱਚ ਅਕਾਲੀ ਦਲ ਬਾਦਲ ਅਕਾਲੀ ਦਲ ਦਿੱਲੀ ਤੇ ਜਾਗੋ ਪਾਰਟੀ ਜੀ ਹੁਣ ਜਾਗੋ ਪਾਰਟੀ ਜਿਹੜੀ ਐ ਇਹ ਮਨਜੀਤ ਸਿੰਘ ਜੀ ਕੇ ਇਸ ਤੇ ਆਕੂ ਨੇ ਤੇ ਕਿਉਂਕਿ ਉਹ ਅਕਾਲੀ ਦਲ ਬਾਦਲ ਵੱਲੋਂ ਪਹਿਲਾਂ ਦਿੱਲੀ ਸਿੱਖ ਡੀਐਸਜੀਐਮ ਸੀ ਦੇ ਪ੍ਰਧਾਨ ਰਹਿ ਚੁੱਕੇ ਨੇ ਜੀ ਉਹਨਾਂ ਨੂੰ ਇਸ ਗੱਲ ਦਾ ਖਾਮਿਆਜਾ ਵੀ ਭੁਗਤਣਾ ਪਿਆ ਸੀ ਕਿ ਬਾਦਲਾਂ ਨਾਲ ਨਜ਼ਦੀਕੀਆਂ ਕਾਫੀ ਨੇ ਇੱਕ ਕ腐ਸ਼ਨ ਦਾ ਦੋਸ਼ ਉਹਨਾਂ ਤੇ ਲੱਗਿਆ ਸੀ ਜਿਸ ਕਰਕੇ ਉਹਨਾਂ ਨੂੰ ਅਹੁਦਾ ਛੱਡਣ ਲਈ ਮਜਬੂਰ ਕਰ ਦਿੱਤਾ ਗਿਆ ਜੀ ਅਮਰੀਕਾ ਵਿੱਚ ਉਹ ਜਾਂਦੇ ਨੇ ਜਦੋਂ ਅਹੁਦੇ ਤੇ ਸਨ ਹੂੰ ਤੇ ਉਦੋਂ ਬੇਅਦਬੀ ਵਾਲਾ ਮੁੱਦਾ ਕਾਫੀ ਜ਼ਿਆਦਾ ਚੱਲ ਰਿਹਾ ਸੀ ਜੀ ਤੇ ਇੱਕ ਗੁਰੂ ਘਰ ਦੇ ਬਾਹਰ ਉਹਨਾਂ ਦੀ ਖਿੱਚਾ ਤੋਈ ਹੁੰਦੀ ਤੇ ਪੱਗ ਵੀ ਜਿਹੜੀ ਲਾਹ ਦਿੱਤੀ ਜਾਂਦੀ ਉਹਨਾਂ ਦੀ ਦਸਤਾਰ ਲਾ ਦਿੱਤੀ ਜਾਂਦੀ ਹੈ ਉੱਥੇ ਸ਼ਾਇਦ ਮਾਰਿਆ ਕੁੱਟਿਆ ਵੀ ਗਿਆ ਹੱਥੋਂ ਪਾਈ ਉਹਨਾਂ ਨਾਲ ਕੁਝ ਨੌਜਵਾਨ ਜਾਂ ਵਿਅਕਤੀ ਉੱਥੇ ਹੋਏ ਨੇ ਸੋ ਜੀਕੇ ਨੇ ਉਸ ਚੀਜ਼ ਦਾ ਖਮਿਆਜ਼ਾ ਅਕਾਲੀ ਦਲ ਬਾਦਲ ਦੇ ਮੈਂਬਰ ਹੁੰਦਿਆਂ ਅਕਾਲੀ ਦਲ ਬਾਦਲ ਦੇ ਇੱਕ ਅਹਿਮ ਆਗੂ ਹੁੰਦਿਆਂ ਉਹ ਭੁਗਤਣਾ ਪਿਆ ਜੀ ਫਿਰ ਜਦੋਂ ਮਨਜੀਤ ਸਿੰਘ ਜੀਕੇ ਨੂੰ ਹਟਣਾ ਪਿਆ ਤੇ ਮਨਜਿੰਦਰ ਸਿੰਘ ਸਿਰਸਾ ਉਭਾਰਚ ਬਣ ਆਉਂਦੇ ਨੇ ਤੇ ਮਨਜਿੰਦਰ ਸਿੰਘ ਸਿਰਸਾ ਇਸ ਵੇਲੇ ਜਿਹੜੇ ਹਨ ਅਕਾਲੀ ਦਲ ਬਾਦਲ ਬਲੋਂ ਜਿਹੜੇ ਨੇ ਉਹ ਅਕੇ ਨੇ ਖਾਲੇ ਕਾਬੀ ਉਹਨਾਂ ਦੇ ਨਾਲ ਨੇ ਜੀ ਤੇ ਤੀਸਰੀ ਪਾਰਟੀ ਹਰਵਿੰਦਰ ਸਰਨਾ ਦੀ ਹੈ ਜੋ ਅਕਾਲੀ ਦਲ ਦਿੱਲੀ ਹੈ ਇਹ ਤਿੰਨੇ ਪਾਰਟੀਆਂ ਨੇ ਮੁੱਖ ਮੁਕਾਬਲਾ ਅਕਾਲੀ ਦਲ ਦਿੱਲੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਚਕਾਰ ਹੈ ਜੀ ਅਸਲ ਵਿੱਚ ਗੱਲ ਦੱਸੀ ਜਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਨਾਲ ਜਾਗੋ ਪਾਰਟੀ ਜਿਹੜੀ ਮਜੀਦ ਸਿੰਘ ਜੀ ਕੇ ਦੀ ਹੈ ਇਹਨਾਂ ਨੂੰ ਜਿਹੜਾ ਆਮ ਆਦਮੀ ਪਾਰਟੀ ਦੀ ਵੋਟ ਦਾ ਆਧਾਰ ਹੈ ਉਹ ਕਾਫੀ ਇਹਨਾਂ ਦੇ ਪੱਖ ਵਿੱਚ ਦੱਸੇ ਜਾਂਦੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਆਧਾਰ ਹੈ ਹੁਣ ਇੱਥੇ ਮੁੱਦੇ ਜਿਹੜੇ ਨੇ ਉਹ ਇਹ ਹਨ ਕਿ ਇਹਨਾਂ ਨੇ ਕਿਸ ਤਰ੍ਹਾਂ ਦੇ ਕੰਮ ਕੀਤੇ ਨੇ ਜੀ ਗੁਰਦੁਆਰਿਆਂ ਦੀ ਸਾਂਭ ਸੰਭਾਲ ਤੇ ਹੈ ਹੀ ਆ ਹੂੰ ਬਿਲਕੁਲ ਨਾਲ-ਨਾਲ ਸਿੱਖਿਆ ਦੇ ادارے ਚੱਲ ਰਹੇ ਨੇ ਜੀ ਸਿਹਤ ਅਦਾਰੇ ਚੱਲ ਰਹੇ ਨੇ ਹੂੰ ਉਹਨਾਂ ਦੇ ਵਿੱਚ ਮਿਆਰ ਕਿਹੋ ਜਿਹਾ ਉਥੇ ਸਟਾਫ ਕਿਹੋ ਜਿਹਾ ਸਕੂਲ ਕਿੰਨੇ ਵਧੀਆ ਚੱਲ ਰਹੇ ਨੇ ਸਕੂਲਾਂ 'ਚ ਗਿਣਤੀ ਮਿੰਂਤੀ ਬੱਚਿਆਂ ਦੀ ਕਿੰਨੀ ਹੈ ਹੂੰ ਇਸ ਸਾਰਾ ਸਾਕ ਪਤਾ ਲਗਾ ਕੇ ਜਿਹੜਾ ਇਹ ਆਪਣੋ ਆਪਣੇ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਜੀ ਇਸ ਦਾ ਮੋਟਾ-ਮੋਟਾ ਅੰਦਾਜ਼ਾ ਮੈਂ ਦੱਸ ਦਵਾਂ ਕਿ ਜਿਹੜੇ ਕੰਮ ਦਿੱਲੀ ਕਮੇਟੀ ਵੱਲੋਂ ਕੀਤੇ ਜਾਂਦੇ ਨੇ 13 ਸਕੂਲ ਨੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਿਹੜੇ ਦਿੱਲੀ ਵਿੱਚ ਚੱਲਦੇ ਨੇ ਜੀ 7 ਕਾਲਜ ਨੇ ਡਿਗਰੀ ਕਾਲਜ ਨੇ 2 ਆਈਟੀਆਈ ਕਾਲਜ ਨੇ ਤੇ 5 ਸਰਕਾਰੀ امداد ਨਾਲ ਚੱਲਦੇ ਸ਼੍ਰੋਮਣੀ ਕਮੇਟੀ ਦੇ ਕਾਲਜ ਨੇ ਜੀ ਇਸ ਤੋਂ ਇਲਾਵਾ 5 ਹਸਪਤਾਲ ਨੇ ਤੇ ਘੱਟੋ ਘੱਟ ਕੋਈ ਜ਼ਿਆਦਾ ਨਹੀਂ ਤੇ 10 ਜਾਂ 15 ਫਾਰਮੇਸੀਆਂ ਜਾਂ ਦਵਾਈਖਾਨੇ ਜਿਹੜੇ ਹਨ ਉਹ ਇਸ ਵੇਲੇ ਚੱਲ ਰਹੇ ਨੇ ਇੱਕ ਹਸਪਤਾਲ ਦਾ ਮਸਲਾ ਹੈ ਉਸ ਹਸਪਤਾਲ ਦੇ ਬਾਰੇ ਜਿਹੜਾ ਸੀ ਉਹ ਨੀ ਪੱਥਰ ਰੱਖਣ ਦੇ ਮਾਮਲੇ ਦੇ ਵਿੱਚ ਥੋੜੀ ਖਿੱਚੋ ਤਾਣ ਰਹੀ ਹੈ ਜੀ ਉਸ ਦੇ ਵਿੱਚ ਸਰਨਾ ਗਰੁੱਪ ਨੇ ਨੀ ਪੱਥਰ ਨਹੀਂ ਸੀ ਰੱਖਣ ਦਿੱਤਾ ਪਰ ਸਿਰਸਾ ਗਰੁੱਪ ਦਾ ਕਹਿਣਾ ਹੈ ਕਿ ਅਸੀਂ ਜਲਦੀ ਨਾਲ ਉਸ ਨੂੰ ਕੰਪਲੀਟ ਕੀਤਾ ਤੇ ਦੇਖੋ ਇੰਨੇ ਦਿਨਾਂ ਦੇ ਵਿੱਚ ਅਸੀਂ ਇਹ ਕੰਮ ਕੀਤਾ ਜੀ ਬੰਜਿੰਦਰ ਸਿੰਘ ਸਿਰਸਾ ਦਾ ਗਰੁੱਪ ਸਟਰੋਂਗ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੂੰ ਉਹਦੇ ਕਾਰਨ ਦੋ ਨੇ ਇੱਕ ਤੇ ਕਰੋਨਾ ਮਹਾਮਾਰੀ ਦੇ ਦੌਰਾਨ ਜਦੋਂ ਲੋਕਾਂ ਨੂੰ ਆਕਸੀਜਨ ਨਹੀਂ ਸੀ ਲੱਭ ਰਹੀ ਜੀ ਜੀ ਰਾਤੋਂ ਰਾਤ ਕਰੋਨਾ ਵਾਰਡ ਖੜੇ ਕਰਕੇ ਜੋ ਉਹ ਨਹੀਂ ਕੰਮ ਕੀਤਾ ਉਹਨਾਂ ਦੀ ਜਿਵੇਂ ਵੀ ਉਹਨਾਂ ਦਾ ਇਮੇਜ ਪਹਿਲਾਂ ਦਾ ਹੈ ਜੀ ਪਰ ਉਹਨਾਂ ਦਾ ਲੋਕਾਂ ਨੇ ਗੱਲ ਕੀਤੀ ਕਿ ਇਹਨਾਂ ਨੇ ਕੁਝ ਚੰਗਾ ਕੰਮ ਕੀਤਾ ਸਲਾਉਣ ਜੋ ਗਿਆ ਜੀ ਦੂਸਰਾ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਉਹਨਾਂ ਨੇ ਜਿਹੜੇ ਉੱਥੇ ਮੋਰਚੇ ਤੇ ਜੋ ਉਹਨਾਂ ਨੇ ਸੇਵਾ ਕੀਤੀ ਕਰਵਾਈ ਹੈ ਜਦ ਅਕੇ ਰਹੇ ਨੇ ਅਗਾਂਵਧ ਕੇ ਕੰਮ ਕੀਤਾ ਹੈ ਤੇ ਜਾਂ ਬਾਅਦ ਵਿੱਚ ਲਾਲ ਕਿਲੇ ਦੀ ਹਿੰਸਾ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਨੌਜਵਾਨਾਂ ਦੇ ਕੇਸਾਂ ਦੀ ਪੈਰਵਾਹੀ ਕੀਤੀ ਹੈ ਇਹ ਮਨਜਿੰਦਰ ਸਿੰਘ ਸਿਰਸਾ ਵਿਦੇਸ਼ਾਂ ਤੋਂ ਨੌਜਵਾਨਾਂ ਨੂੰ ਇੱਥੇ ਫਸੇ ਹੋਏ ਨੌਜਵਾਨਾਂ ਨੂੰ ਲਿਆਉਣ ਦੇ ਵਿੱਚ ਕਾਫੀ ਜ਼ਿਆਦਾ ਸਾਰਾ ਉਹਨਾਂ ਦਾ ਯੋਗਦਾਨ ਹੈ ਪਰ ਇਹ ਰਾਜਨੀਤਿਕ ਤੌਰ ਤੇ ਨਹੀਂ ਇਹਨੂੰ ਅਸੀਂ ਜੇ ਪੰਜਾਬ 'ਚ ਸਥਿਤੀ ਹੋਵੇ ਤਾਂ ਗੱਲ ਹੋਰ ਹੈ ਪਰ ਜਦੋਂ ਅਸੀਂ ਦਿੱਲੀ ਗੁਰਦੁਆਰਾ ਕਮੇਟੀ ਦੀ ਚੋਣ ਦੀ ਗੱਲ ਕਰਦੇ ਹਾਂ ਫਿਰ ਭਾਵਨਾਵਾਂ ਤੇ ਮੁੱਦੇ ਜਿਹੜੇ ਨੇ ਬਦਲ ਜਾਂਦੇ ਨੇ ਜੀ ਭਾਵੇਂ ਕਿ ਵੋਟਾਂ ਉੱਥੇ ਪੈਂਦੀਆਂ ਨੇ ਪਰ ਮੁੱਦੇ ਇਹੋ ਜਿਹੇ ਹੀ ਨੇ ਜ਼ਿਆਦਾ ਜਿਸ ਵਿੱਚ ਭ੍ਰਿਸ਼ਟਾਚਾਰ ਦਾ ਮੁੱਦਾ ਕਿਤੇ ਕਿਤੇ ਆਉਂਦਾ ਪਰ ਰੌਲਾ ਗੋਲਾ ਜ਼ਿਆਦਾ ਉਸ ਵਿੱਚ ਕੋਈ ਕਲੈਰਿਟੀ ਖਾਸ ਨਹੀਂ ਹੈ ਸੋ ਮੁੱਦੇ ਠੀਕ ਠਾਕ ਨੇ ਜੀ ਤੇ ਮੈਂ ਇਸ ਗੱਲ ਦੀ ਵਧਾਈ ਹੈ ਕਿ ਅਮਨ ਅਮਾਨ ਨਾਲ ਚੋਣਾਂ ਜਿਹੜੀਆਂ ਹੋਈਆਂ ਨੇ ਇਹ ਬਹੁਤ ਜ਼ਰੂਰੀ ਗੱਲ ਹੈ ਔਰ ਇਸ ਵਿੱਚ ਰਾਜਨੀਤੀ ਘਟ ਤੋਂ ਘਟ ਹੋਵੇ ਗੁਰਦੁਆਰਿਆਂ ਦੀ ਅਖੀਰ ਤੇ ਸੇਵਾ ਦਾ ਹੀ ਕੰਮ ਹੈ ਜੀ ਜੀ ਅਖੀਰ ਤੇ ਸਾਨੂੰ ਜਿਹੜੇ ਹਨ ਇਹ ਵਿਦਿਅਕ ادارے ਨੇ ਜਾਂ ਸਿਹਤ ادارے ਨੇ ਚਲਾਉਣਾ ਤਾਂ ਇਹਨਾਂ ਨੂੰ ਹੀ ਹੈ ਨਾ ਸੇਵਾ ਇਹ ਸਾਰੀ ਤੇ ਜੇ ਇਸ ਨੂੰ ਵਧੀਆ ਤਰੀਕੇ ਨਾਲ ਕਰ ਲਿਆ ਜਾਵੇ ਆਮਾਨਾ ਸਿਰੇ ਚੜ੍ਹ ਕੇ ਦੁਨੀਆ ਨੂੰ ਕੋਈ ਉਦਾਹਰਨ ਦੇ ਤੌਰ ਤੇ ਪੇਸ਼ ਕੀਤਾ ਜਾ ਸਕੇ ਤਾਂ ਬਹੁਤ ਵਧੀਆ ਜੀ ਅਗਲੀ ਗੱਲ ਅਫਗਾਨਿਸਤਾਨ ਦੇ ਹਾਲਾਤਾਂ ਦੀ ਕਰਾਂਗੇ ਪਰ ਇਸ ਵੇਲੇ ਇਸ਼ਾਰਾ ਹੋ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਦਾ ਜਲਦ ਹਾਜ਼ਰ ਹੋਣੇ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਕੁਲਦੀਪ ਜੀ ਇਸ ਤੋਂ ਪਹਿਲਾਂ ਕਿ ਅਫਗਾਨਿਸਤਾਨ ਦੀ ਗੱਲ ਕਰੀਏ ਥੋੜੀ ਜੀ ਗੱਲ ਕਰੋਨਾ ਮਹਾਮਾਰੀ ਦੀ ਕਰ ਲਈਏ ਸੰਭਾਵੀ ਤੀਜੀ ਲਹਿਰ ਬਾਰੇ ਮਾਹਿਰ ਕੀ ਕਹਿੰਦੇ ਨੇ? ਤੀਜੀ ਲਹਿਰ ਬਾਰੇ ਜਿਹੜੇ ਤੇ ਜ਼ਿਆਦਾ ਨੋਨ ਮਾਹਿਰ ਨੇ। ਉਹਨਾਂ ਨੇ ਤੇ ਇਹੋ ਹੀ ਆਖਿਆ ਕਿ ਆਉਣੀ ਆ। ਜੀ। ਪੱਕੀ ਆ ਟੱਲ ਐ। ਪਰ ਇਹ ਨਹੀਂ ਕੋਈ ਵੀ ਦੱਸਦਾ ਕਿ ਕਿੰਨੀ ਤਾਕਤਵਰ ਹੋਵੇਗੀ ਤੇ ਇਸ ਦੀ ਸਟਰੈਂਥ ਕਿੰਨੀ ਹੋਵੇਗੀ ਕਦੋਂ ਆਉਣੀ ਹੈ ਇਹਦੇ ਬਾਰੇ ਇਹ ਤੇ ਅਕਤੂਬਰ ਦੇ ਆਸ-ਪਾਸ ਸਤੰਬਰ ਅਕਤੂਬਰ ਜਾਂ ਨਵੰਬਰ ਦੇ ਵਿੱਚ ਇਸ ਦੀ ਪੀਕ ਜਿਹੜੀ ਆ ਉਹ ਦੱਸੀ ਜਾਂਦੀ ਹੈ ਜੀ ਪਰ ਕੁਝ ਰਾਹਤ ਵਾਲੀਆਂ ਖਬਰਾਂ ਵੀ ਜਿਹੜੀਆਂ ਨੇ ਉਹ ਆ ਰਹੀਆਂ ਨੇ ਹਮ ਇੱਕ ਤੇ ਦੇਖੋ ਸਰਕਾਰਾਂ ਨੂੰ ਅਸੀਂ ਖਚਾਈ ਬਹੁਤ ਕੀਤੀ ਅਸੀਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਜੀ ਜੀ ਕਰੋਨਾ ਨਾਲ ਨਜਿੱਠਣ ਦੇ ਮਾਮਲੇ ਦੇ ਵਿੱਚ ਅੰਕੜਿਆਂ ਦੇ ਮਾਮਲੇ ਦੇ ਵਿੱਚ ਲਾਕਡਾਊਨ ਦੇ ਮਾਮਲੇ ਦੇ ਵਿੱਚ ਜੋ ਵੱਖਰ-ਵੱਖਰੇ ਰੰਗ ਜਿਹਾ ਵੇਖਣ ਨੂੰ ਮਿਲੇ ਜੀ ਇੱਕ ਸਾਰ ਤਾਂ ਨਹੀਂ ਹੁਕਮਾਂ ਦੇ ਵਿੱਚ ਦੇਖੀ ਗਈ ਹੁਣ ਸਕੂਲਾਂ ਦੇ ਮਾਮਲੇ ਦੇ ਵਿੱਚ ਵੀ ਖਚਾਈ ਹੁੰਦੀ ਹੈ ਕਿ ਸਕੂਲ ਜਿਸ ਤਰੀਕੇ ਨਾਲ ਖੁੱਲਣੇ ਚਾਹੀਦੇ ਸੀ ਉਸ ਹਿਸਾਬ ਨਾਲ ਨਹੀਂ ਤੇ ਪਰ ਜੇ ਕਿਸੇ ਗੱਲ ਤੇ ਹੁਣ ਅੱਜ ਦੇ ਦਿਨ ਦੇ ਹਿਸਾਬ ਨਾਲ ਕੋਈ ਇੱਕ ਠੀਕ ਠਾਕ ਜੀ ਸ਼ਾਬਾਸ਼ ਦਿੱਤੀ ਜਾ ਸਕਦੀ ਤੇ ਉਹ ਟੀਕਿਆਂ ਦੀ ਗੱਲ ਅਸੀਂ ਕਰ ਸਕਦੇ ਹਾਂ ਜੀ ਵੈਕਸੀਨੇਸ਼ਨ ਤੇਜ਼ੀ ਨਾਲ ਹੋ ਰਹੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕੋਵੈਕਸਿਨ ਕੋਵੀਸ਼ੀਲ ਲੱਗ ਰਹੇ ਨੇ ਜੌਨਸਨ ਐਂਡ ਜੌਨਸਨ ਨੂੰ ਮੰਜ਼ੂਰੀ ਮਿਲ ਚੁੱਕੀ ਹੈ ਸਪੋਰਟ ਨੈਕ ਵੀ ਲਾਇਆ ਜਾ ਰਿਹਾ ਹੈ ਤੇ ਕੈਟਲਾ ਦਾ ਜਿਹੜਾ ਟੀਕਾ ਹੈ ਉਸ ਨੂੰ ਵੀ ਮਨਜ਼ੂਰੀ ਮਿਲ ਗਈ ਹੈ ਜੀ ਇਹ ਆ ਜਾਣਗੇ ਪਰ ਟੀਕੇ ਲੱਗ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਫਿਰ 80 ਲੱਖ ਦਾ ਟੀਕਾ ਜਿਹੜਾ ਸੀ ਉਹਨੂੰ ਟੱਚ ਕੀਤਾ ਗਿਆ ਤੇ ਹੁਣ ਈਕੇ ਜਿਹੜੇ ਨੇ ਉਹਨਾਂ ਨੂੰ ਮਿਲਣ ਨੇ ਵੀ ਥੋੜੇ ਲੋਕਾਂ ਨੂੰ ਸੋਖੇ ਹੋਏ ਨੇ ਤੇ ਲੋਕਾਂ ਦਾ ਚਾਕਾ ਵੀ ਖੁੱਲਿਆ ਜੀ ਕਿ ਵਕਐ ਕੋ ਫਰਕ ਹੈ ਹਮ ਇੱਕ ਤੇ ਇਹ ਗੱਲ ਆ ਪਰ ਇਸੇ ਨੂੰ ਬੁਨਿਆਦ ਬਣਾ ਕੇ ਆਈਆਈਟੀ ਕਾਨਪੁਰ ਦੇ ਹੁਣ ਆਈਆਈਟੀ ਕੋ ਛੋਟੀ ਸਸਤਾ ਨਹੀਂ ਹੈ ਜੀ ਜੀ ਉੱਥੇ ਦੇ ਸਾਇੰਸਦਾਨ ਨੇ ਡਾਕਟਰ ਮਨਿੰਦਰ ਅਗਰਵਾਲ ਉਹਨਾਂ ਨੇ ਕਿਹਾ ਕਿ ਤੀਜੀ ਲਹਿਰ ਜਿਹੜੀ ਹੈ ਇਹ ਨਾ ਮਾਤਰਾ ਦੇ ਬਰਾਬਰ ਆਵੇਗੀ। ਹੂੰ। ਉਹਨਾਂ ਨੇ ਇਹ ਕਿਹਾ ਕਿ ਇਸ ਦੀ ਯੂਪੀ, ਬਿਹਾਰ, ਦਿੱਲੀ, ਮਧ ਪ੍ਰਦੇਸ਼ ਦੇ ਵਿੱਚ ਕਰੋਨਾ ਜਿਹੜਾ ਉਹ ਤਕਰੀਬਨ ਖਤਮ ਦੇ ਬਰਾਬਰ ਹੋ ਜਾਵੇਗਾ ਆਉਣ ਵਾਲੇ 3 ਮਹੀਨਿਆਂ ਦੇ ਵਿੱਚ। ਜੀ। ਕੁਝ ਸੂਬਿਆਂ ਵਿੱਚ ਹੌਲੀ-ਹੌਲੀ ਜਿਹੜਾ ਇਹ ਖਤਮ ਹੋਵੇਗਾ ਤੇ ਓਵਰ ਆਲ ਜਿਹੜੀ ਕੇਸਾਂ ਦੀ ਐਵਰੇਜ ਹੈ ਭਾਰਤ ਦੀ ਉਹ 15000 ਤੱਕ ਆ ਜਾਵੇਗੀ ਤੇ ਸੂਬਿਆਂ ਦੀ ਜੇ ਗੱਲ ਕਰੀ ਜਾਵੇ ਤੇ ਛੋਟੇ ਹਿੰਸਿਆਂ ਦੇ ਵਿੱਚ ਇਹ ਜਿਹੜੀ ਆ ਜਾਵੇਗੀ ਇਸ ਦੀ ਵੱਡੀ ਗਿਣਤੀ ਹਜ਼ਾਰਾਂ ਸੌਆਂ ਵਾਲੀ ਨਹੀਂ ਰਹੇਗੀ ਜੀ ਹੁਣ ਜੇ ਅਸੀਂ ਇਹ ਕਹੀਏ ਕਿ ਡਾਕਟਰ ਮਨਿੰਦਰ ਅਗਰਵਾਲ ਕਿਸ ਆਧਾਰ ਤੇ ਗੱਲ ਕਰ ਰਹੇ ਨੇ ਹੂੰ ਉਹਨਾਂ ਨੇ ਹਰਡ ਇਮਿਊਨਿਟੀ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇੱਕ ਤੇ ਲੋਕ ਸੁਚੇਤ ਵੀ ਹੋਏ ਨੇ ਹੂੰ ਵੈਕਸੀਨੇਸ਼ਨ ਤੇ ਵੈਕਸੀਨੇਸ਼ਨ ਹੋਈ ਹੈ ਵੈਕਸੀਨੇਸ਼ਨ ਦੇ ਕਰਕੇ ਸਾਡੇ ਜਿਹੜਾ ਇਸ ਵਿੱਚ ਸੀਰੀਅਸ ਕੇਸ ਜਿਹੜੇ ਨੇ ਉਹ ਬਹੁਤ ਘਟੇ ਨੇ ਇੱਕ ਤੇ ਵੈਸੇ ਸੁਭਲਿੰ ਤੁਸੀਂ ਦੇਖਦੇ ਹੋ ਮੌਸਮ ਬਦਲੀ ਹੁੰਦੇ ਨੇ ਜੀ ਰਤਾਂ ਬਦਲਦੀਆਂ ਪ੍ਰਸਾਤਾਂ ਆਉਂਦੀਆਂ ਗਰਮੀ ਹੈ ਫਿਰ ਠੰਡ ਆਉਂਦੀ ਹੈ ਠੰਡ ਖਤਮ ਹੁੰਦੀ ਹੈ ਜਾਂਦੀ ਤੇ ਆਉਂਦੀ ਠੰਡ ਕਹਿੰਦੇ ਉਸ ਤੋਂ ਬਚੋ ਹੂੰ ਸਿਆਣੇ ਤੇ ਕਦੋਂ ਦੇ ਆਖਦੇ ਨੇ ਬਿਲਕੁਲ ਇਹ ਇੱਕ ਤਾਂ ਸੀਜ਼ਨਲ ਫਲੂ ਕਾਫੀ ਹੋ ਜਾਂਦਾ ਹੈ ਚੱਲਦਾ ਰਹਿੰਦਾ ਸੋ ਉਹ ਇੱਕ ਵੱਖਰੀ ਚੀਜ਼ ਹੈ ਲੇਕਿਨ ਕਰੋਨਾ ਦੇ ਬਾਰੇ ਉਹਨਾਂ ਨੇ ਕਿਹਾ ਕਿ ਤੀਜੀ ਲਹਿਰ ਜਿਹੜੀ ਹੈ ਇਹ ਨਾ ਮਾਤਰਾਵੇਗੀ ਪਰ ਉਹਨਾਂ ਦੀ ਗੱਲ ਤੇ ਯਕੀਨ ਇੱਕ ਹੋਰ ਗੱਲ ਕਰਕੇ ਅਸੀਂ ਜਿਹੜਾ ਸਾਨੂੰ ਰਾਹਤ ਮਿਲ ਸਕਦੀ ਹੈ ਉਹ ਇਸ ਕਰਕੇ ਇੱਕ ਤਾਂ ਟੀਕਿਆਂ ਦੀ ਗੱਲ ਉਹਨਾਂ ਨੇ ਕਹ ਦਿੱਤੀ ਜੀ ਦੂਸਰਾ ਇਸ ਕਰਕੇ ਕਿ ਦੂਸਰੀ ਲਹਿਰ ਬਾਰੇ ਉਹਨਾਂ ਨੇ ਕਿਹਾ ਸੀ ਕਿ ਇਹ ਭਾਰਤ ਨੂੰ ਹਿਲਾ ਕੇ ਰੱਖ ਦੇਵੇਗੀ ਹਮ ਇਹਨ ਇਸੇ ਸੰਸਦਾਨ ਨੇ ਠਲਾਇਆ ਵੀ ਡਾਕਟਰ ਮਨਿੰਦਰ ਅਗਰਵਾਲ ਨੇ ਸੋ ਉਹਨਾਂ ਦੀ ਉਹ ਭਵਿਖਬਣੀ ਸੱਚ ਸਾਬਤ ਹੋਈ ਸੀ ਜੀ ਅੰਕੜਿਆਂ ਦੇ ਆਧਾਰ ਤੇ ਉਹਨਾਂ ਨੇ ਜਿਹੜੀ ਖੋਜ ਤੇ ਆਧਾਰਿਤ ਜੀ ਆਈਆਈਟੀ ਦੇ ਸੰਸਦਾਨ ਨੇ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕੋਈ ਸਰਕਾਰੀ ਨੁਮਾਇੰਦੇ ਨਹੀਂ ਤੇ ਪਰ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਤੇ ਅਸੀਂ ਉਮੀਦ ਕਰ ਸਕਦੇ ਹਾਂ ਕਿ ਇਹ ਇਸ ਤਰ੍ਹਾਂ ਰਫਤਾਰ ਵਧੀ ਰਹੇ ਟੀਕੇ ਲਾਉਣ ਦੀ ਇੰਜੈਕਸ਼ਨ ਦੀ ਤੇ ਸੈਕੰਡ ਡੋਸ ਤੇ ਗਾਂ ਵੀ ਜੇ ਅਗਲੇ ਸਾਲਾਂ ਚ ਵੀ ਵੈਕਸੀਨੇਸ਼ਨ ਹੋਣੀ ਹੈ ਤੇ ਸਰਕਾਰ ਚਾਹੇ ਪੇਡ ਲਵਾਵੇ ਜਿਵੇਂ ਮਰਜ਼ੀ ਲਵਾਵੇ ਫ੍ਰੀ ਲਾਵੇ ਇਹ ਲੱਗਨੇ ਚਾਹੀਦੇ ਨੇ ਠੀਕ ਹੈ ਤੇ ਇਸ ਨਾਲ ਲੋਕਾਂ ਨੂੰ ਰਾਹਤ ਮਿਲਦੀ ਰਹੇ ਕੁਲਦੀਪ ਜੀ ਕੋਰੋਨਾ ਦੇ ਨਾਲ ਜੁੜੀ ਹੋਈ ਖਬਰ ਆ ਕਰਤਾਰਪੁਰ ਦੇ ਲਾਂਘੇ ਦਾ ਬੜਾ ਰੌਲਾ ਪੈ ਰਿਹਾ ਸ਼੍ਰੋਮਣੀ ਕਮੇਟੀ ਕਹਿ ਰਹੀ ਖੋਲ ਦਿਓ ਤੁਹਾਨੂੰ ਕੀ ਲੱਗਦਾ ਵੀ ਲਾਂਘਾ ਖੁੱਲ ਜੂ ਹੁਣ ਕਰਤਾਰਪੁਰ ਸਾਹਿਬ ਦਾ ਲਾਂਘਾ ਉਹ ਇਸ ਕਰਕੇ ਜਿਹੜਾ ਹੈ ਉਸ ਪਿੱਛੇ ਰਾਜਨੀਤੀ ਤੇ ਜਿਹੜੀ ਹੋਈ ਸਵਲੀਨ ਜੀ ਤੁਹਾਨੂੰ ਪਤਾ ਹੈ ਉਸ ਨੂੰ ਜਦੋਂ ਪਹਿਲਾ ਐਲਾਨ ਹੋਇਆ ਕਿ ਖੁੱਲਣਾ ਹੈ ਜੀ ਤੇ ਬਹੁਤ ਕੁਝ ਹੋਇਆ ਫਿਰ ਉਸ ਦੀ ਫੀਸ ਬਾਰੇ ਰੋਲਾ ਪੈਂਦਾ ਰਿਹਾ ਕਿ ਨੂੰ ਜਾਣ ਦੀ ਇਜਾਜ਼ਤ ਦੇਣੀ ਹੈ ਬਿਨਾ ਪਾਸਪੋਰਟ ਤੋਂ ਆਧਾਰ ਕਾਰਡ ਤੇ ਲਾਇਸੈਂਸ ਤੇ ਪਰ ਉਹ ਸਾਰੇ ਰੋਲੇ ਕੋਲੇ ਦੇ ਵਿੱਚ ਯਾਤਰੀ ਜਾਣ ਆਉਣ ਲੱਗ ਪਏ ਜੀ ਜੀ ਪਰ ਉਨਾਂ ਜਿਆਦਾ ਸਿਸਟਮ ਚੱਲਿਆ ਨਹੀਂ ਜਿੰਨੀ ਉਮੀਦ ਕੀਤੀ ਜਾਂਦੀ ਸੀ ਕਿ ਬਹੁਤ ਜਿਆਦਾ ਗਿਣਤੀ ਯਾਤਰੀ ਜਾਣਗੇ ਤੇ ਪਾਕਿਸਤਾਨ ਨੂੰ ਉਮੀਦ ਸੀ ਕਿ ਜਿਹੜੇ ਸਾਡੇ ਅਮਰੀਕਨ ਡਾਲਰਾਂ ਦੇ ਵਿੱਚ ਅਸੀਂ ਜਿਹੜੀ ਫੀਸ ਰੱਖੀ ਹੋਈ ਹੈ ਸਾਨੂੰ ਉਸ ਤੋਂ ਰੈਵਨਿਊ ਆਵੇਗਾ ਉਹ ਕੋ ਬਹੁਤਾ ਚੱਲਿਆ ਨਹੀਂ ਉਸ ਦੇ ਕਈ ਕਾਰਨ ਹੋਏ ਉਹਨਾਂ ਨੇ ਵੀ ਸਿਸਟਮ ਥੋੜਾ ਗੁੰਝਲਦਾਰ ਰੱਖਿਆ ਤੇ ਭਾਰਤ ਸਰਕਾਰ ਨੇ ਗੁੰਝਲਦਾਰ ਰੱਖਿਆ ਉਸ ਦੀ ਰਜਿਸਟ੍ਰੇਸ਼ਨ ਵਾਸਤੇ ਕੋਈ ਜਿਹੜੇ ਨਿਯਮ ਸੀ ਉਹ ਕੋ ਬਹੁਤੇ ਵਧੀਆ ਤੈਅ ਨਹੀਂ ਕੀਤੇ ਨਵਜੋਤ ਸਿੰਘ ਸਿੱਧੂ ਇਸ ਮਾਮਲੇ ਦੇ ਵਿੱਚ ਕੇਂਦਰ ਦੇ ਵਿੱਚ ਰਹੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਬੇਸਿਕਲੀ ਉਹਨਾਂ ਦੀ ਉਦੋਂ ਤੋਂ ਜ਼ਿਆਦਾ ਖਟਕਰੀ ਰਹੀ ਹੈ ਜੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਉਸ ਵੇਲੇ ਇਹ ਵੀ ਕਹਿ ਦਿੱਤਾ ਸੀ ਕਿ ਇਸ ਨਾਲ ਸਰਹੱਦ ਪਾਰ ਤੋਂ ਜਿਹੜਾ ਅਤਵਾਦ ਹੈ ਉਹ ਪੰਜਾਬ ਵਿੱਚ ਵਧਣ ਦਾ ਖਤਸ਼ਾ ਹੈ ਤੇ ਹੋ ਸਕਦਾ ਉੱਥੇ ਕੋਈ ਟ੍ਰੇਨਿੰਗ ਕੈਂਪ ਖੋਲ ਲੈਣ ਦੇ ਕੋਈ ਉੱਥੇ ਗਿਆ ਨਾਲ ਕੋਈ ਹੋਜੀ ਗੱਲ ਹੋਵੇ ਜਦੋਂ ਕੋਈ ਸਾਡੇ ਮੁਲਕ ਦੇ ਵਿੱਚ ਇਹੋ ਜਿਹੇ ਲੋਕਾਂ ਨੂੰ ਭੇਜਣ ਦਾ ਯਤਨ ਕਰਨ ਜਿਹਨਾਂ ਬਾਰੇ ਸਾਨੂੰ ਪਤਾ ਨਾ ਹੋਵੇ ਕਿ ਉਹ ਨਹੀਂ ਆਥਿਆ ਕਿ ਕੀ ਕਰਨਾ ਹੈ ਖੈਰ ਇਹ ਕਿਸ ਆਧਾਰ ਤੇ ਉਹਨਾਂ ਨੇ ਬਿਆਨ ਦਿੱਤਾ ਸੀ ਹੁਣ ਇੱਕ ਪਾਸੇ ਤੇ ਰੌਲਾ ਪਿਆ ਹੋਇਆ ਹੈ ਕਿ ਡਰੋਨ ਦੇ ذریعے ਇੱਕ ਵਾਰੀ ਡਰੋਨਾਂ ਦੇ ਨਾਲ ਕੁਝ ਭੇਜਣ ਦਾ ਯਤਨ ਕੀਤਾ ਜਾਂਦਾ ਹੈ ਬੰਬ ਭੇਜਿਆ ਗਿਆ ਆਡੀਐਕਸ ਭੇਜਿਆ ਹਥਿਆਰ ਨਸ਼ੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਰੋਜ਼ ਆ ਰਹੀਆਂ ਨੇ ਅਖਬਾਰਾਂ ਦੇ ਵਿੱਚ ਟਿਫਨ ਬੰਬ ਕਰਾ ਪਰ ਦੂਸਰੇ ਪਾਸੇ ਪਿਛਲੇ ਮਹੀਨੇ ਚ ਸੁਬਲੀਨ ਜੀ ਤੁਹਾਨੂੰ ਯਾਦ ਹੋਵੇਗਾ ਇਹ ਵੀ ਪ੍ਰਚਾਰ ਹੋਇਆ ਸੀ ਕਿ ਇਹ ਰਸਤਾ ਪਾਕਿਸਤਾਨ ਵੱਲੋਂ ਤਾਂ ਖੁੱਲਿਆ ਪਰ ਸਰਕਾਰ ਨੇ ਬੰਦ ਕੀਤਾ ਹੋਇਆ ਹੂੰ ਬਿਲਕੁਲ ਹੁਣ ਉੱਥੇ ਥੋੜੀ ਮਿਸ ਇਨਫਾਰਮੇਸ਼ਨ ਸੀ ਭਾਰਤ ਸਰਕਾਰ ਨੇ ਕਾਫੀ ਦਿਨ ਪਹਿਲਾਂ ਐਲਾਨ ਦਿੱਤੀ ਸੀ ਕਿ ਭਾਈ ਤੁਸੀਂ ਜਾਣਾ ਤਾਂ ਕੋਈ ਜਾ ਸਕਦੇ ਨਹੀਂ ਪਾਕਿਸਤਾਨ ਵਾਲਿਆਂ ਨੇ ਅਜੇ ਬੰਦ ਕੀਤਾ ਹੋਇਆ ਹੂੰ ਤੇ ਹੁਣ ਉਹਨਾਂ ਨੇ ਖੋਲਿਆ ਉਹਨਾਂ ਨੇ ਇਹ ਉਹਨਾਂ ਦੇ ਇੱਕ ਅਥਾਰਟੀ ਨੇ ਇਹ ਮਨਜ਼ੂਰੀ ਦੇ ਦਿੱਤੀ ਹੈ ਕਿ ਯਾਤਰੀ ਅੱਗੇ ਵੰਗ ਪਹਿਲਾਂ ਆ ਸਕਦੇ ਨੇ ਤੇ ਕੋਵਿਡ ਦੇ ਨਿਯਮਾਂ ਦੇ ਪ੍ਰੋਟੋਕੋਲ ਦੀ ਜੇ ਪਾਲਣਾ ਕਰਦੇ ਹੋਏ ਇੱਥੇ ਆਉਣ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਉਹਨਾਂ ਦੀ ਰਜਿਸਟ੍ਰੇਸ਼ਨ ਤੇ ਹੋਰ ਕੰਮਕਾਰ ਜਿਹੜੇ ਹਨ ਹੁਣ ਸ਼ੁਰੂ ਕੀਤੇ ਜਾ ਸਕਦੇ ਨੇ ਹੁਣ ਉਹਨਾਂ ਨੇ ਗੱਲ ਕਹਿ ਦਿੱਤੀ ਹੈ ਇਹਨਾਂ ਨਾਲ ਤਾਲਮੇਲ ਕਦੋਂ ਬੈਠਦਾ ਹੈ ਇਸ ਗੱਲ ਦਾ ਅਜੇ ਪਤਾ ਨਹੀਂ ਜੀ ਪਰ ਯਾਤਰੀ ਮੇਰੇ ਖਿਆਲ ਅਜੇ ਇੰਨੀ ਛੇਤੀ ਜਾਣਗੇ ਨਹੀਂ ਕਿਉਂਕਿ ਹਾਲਾਤ ਸਾਜ਼ਗਰ ਨਹੀਂ ਹਾਲਾਤ ਸਾਜ਼ਗਰ ਨਹੀਂ ਪਰ ਇਹ ਰਸਤਾ ਜਿਹੜਾ ਇਹ ਖੋਲਣ ਦੇ ਅਸਾਰ ਬਣ ਗਏ ਨੇ ਸਿਰਫ ਉਹਨਾਂ ਨੇ ਇਹ ਕਹਿ ਕੇ ਖੋਲਿਆ ਕਿ 22 ਸਤੰਬਰ ਤੋਂ ਗੁਨਾਨਖ ਸਾਹਿਬ ਦਾ ਜੋਤੀ ਜੋਤ ਦਿਵਸ ਜਿਹੜਾ ਮਨਾਇਆ ਜਾਣਾ ਔਰ ਉਹਤੇ ਸਮਾਗਮ ਜਿਹੜੇ ਨੇ 20 ਸਤੰਬਰ ਤੋਂ ਸ਼ੁਰੂ ਹੋ ਜਾਣੇ ਨੇ ਕਰਤਾਰਪੁਰ ਸਾਹਿਬ ਤੇ ਉਸ ਵਾਸਤੇ ਅਗਰ ਸੰਗਤ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਵਧੀਆ ਹੋਵੇ। ਜੀ। ਪਾਕਿਸਤਾਨ ਤੋਂ ਬਾਅਦ ਜੇ ਗੱਲ ਕਰੀਏ afghanistan ਦੀ ਤੇ 1990 ਦੇ ਸ਼ੁਰੂਆਤੀ ਦੌਰ ਚ ਪੈਰ ਜਮਾਉਣ ਵਾਲੇ Taliban ਨੇ ਹੁਣ ਉੱਥੇ ਕਬਜ਼ਾ ਕਰ ਲਿਆ। ਹੜਕੰਪ ਮਚਿਆ ਹੋਇਆ ਤੇ ਭਾਰਤੀਆਂ ਨੂੰ ਉੱਥੋਂ ਕੱਢਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੁਲਦੀਪ ਜੀ ਸਵਾਲ ਮੇਰਾ ਇਹ ਆ ਕਿ ਜਿਹੜੇ ਲੋਕ ਉੱਥੋਂ ਆਏ ਨੇ ਉਹਨਾਂ ਦਾ ਕੀ ਬਣਿਆ? ਜਿਹੜੇ ਤੇ ਹੁਣ ਆਏ ਨੇ। ਉਹਨਾਂ ਦਾ ਤੇ ਨਿਸ਼ਚਿਤ ਹੀ ਕੁਝ ਬਣੇਗਾ। ਇਹ ਤੇ ਉਹ ਸਿਸਟਮ ਹੈ ਜਿਵੇਂ ਕਹਿੰਦੇ ਨੇ ਕਿ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਸੁੱਕ ਗਏ ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ ਜੀ ਇਹ ਸਤਰਾ ਨੇ ਅਦਾਲਤਾਂ ਦਾ ਕਾਗਜ਼ਾਂ ਪੱਤਰਾਂ ਦਾ ਜਿਹੜਾ ਕੰਮਕਾਜ ਹੈ ਇਹ ਤੇ ਬੜਾ ਲੰਬਾ ਹੁੰਦਾ ਹੈ ਫਿਰ ਭਾਰਤ ਸਰਕਾਰ ਦਾ ਜੀ ਉਹ ਵੀ ਇੱਥੇ ਕੋਈ ਇਮੀਗ੍ਰੇਸ਼ਨ ਪਾਲਿਸੀ ਤੇ ਹੈ ਨਹੀਂ ਹੂੰ ਜ ਐ ਇਮੀਗ੍ਰੇਸ਼ਨ ਲੈ ਕੇ ਇੱਥੇ ਕਿੰਨੇ ਲੋਕ ਆਉਣਾ ਚਾਹੁੰਦੇ ਨੇ ਜਿਵੇਂ ਜਿਹੜੇ ਵਿਕਸਤ ਮੋਲਕ ਨੇ ਜਿਵੇਂ ਉੱਥੇ ਉਹਨਾਂ ਦਾ ਇੱਕ ਸਿਸਟਮ ਹੈ ਉਹਨਾਂ ਦਾ ਇੱਕ ਡਿਪਾਰਟਮੈਂਟ ਹੈ ਇਮੀਗ੍ਰੇਸ਼ਨ ਦਾ ਜੀ ਜੀ ਹੁਣ ਹੈ ਤੇ ਇੱਥੇ ਵੀ ਡਿਪਾਰਟਮੈਂਟ ਹੋਣਗੇ ਪਰ ਇੱਥੇ ਉਸ ਹਿਸਾਬ ਦੇ ਐਪਲੀਕੇਸ਼ਨਾਂ ਪ੍ਰੋਸੈਸ ਕਰਨ ਦਾ ਕਿ ਇੰਨਾ ਸਮਾਂ ਲੱਗਣਾ ਹੈ ਜਾਂ ਇੰਨਾ ਸਮਾਂ ਲੱਗਣਾ ਹੈ ਜਾਂ ਉਹ ਕੋਈ ਤੈਅ ਸ਼ੁਦਾ ਸੀਮਾ ਨਹੀਂ ਹੈ ਜਾਂ ਤੈਅ ਸ਼ੁਦਾ ਪ੍ਰੋਸੈਸ ਦੀ ਕੋਈ ਗਾਈਡਲਾਈਨ ਜਿਹੜੀਆਂ ਹਨ ਉਹਨਾਂ ਨੂੰ ਕੋਈ ਤਰੀਕੇ ਨਾਲ ਫਾਲੋ ਨਹੀਂ ਕੀਤਾ ਜਾਂਦਾ ਜਿਆਦਾ ਸਰਕਾਰੀ ਹਕੂਮਤ 'ਤੇ ਨਿਰਭਰ ਕੀਤਾ ਜਾਂਦਾ ਹੈ ਕਿ ਆਹ ਕਰ ਦਿਓ ਤੇ ਆਹ ਰਹਿਣ ਦਿਓ ਇਹਨੂੰ ਕਰ ਦਿਓ ਜੀ ਇਹਨੂੰ ਇੰਨਾ ਕਰਕੇ ਤੋੜ ਦਿਓ ਇਹਨੂੰ ਇੰਨਾ ਕਰਕੇ ਤੋੜ ਦਿਓ ਹੁਣ ਜਿਹੜੇ ਲੋਕ ਹੁਣ ਆ ਰਹੇ ਨੇ ਉਹਨਾਂ ਦੇ ਵਿੱਚ ਸਾਡੇ ਕੁਝ ਜਿਹੜੇ ਆਏ ਨੇ ਗਰੁੱਪ ਉਹਨਾਂ ਵਿੱਚ ਕੁਝ ਸਿਆਸਤਦਾਨ ਵੀ ਆਏ ਨੇ ਨਰਿੰਦਰ ਸਿੰਘ ਖਾਲਸਾ ਤੇ ਬੀਬੀ ਅਨਾਰਕਲੀ ਕੌਰ ਜਿਹੜੇ ਆਏ ਨੇ ਜੀ ਉਹ ਉੱਥੇ ਦੀ ਨੈਸ਼ਨਲ ਅਸੈਂਬਲੀ ਦੇ ਮੈਂਬਰ ਨੇ ਹਮ ਉਹਨਾਂ ਨੂੰ ਜਦੋਂ ਦਿੱਲੀ ਦੇ ਲੱਗੇ 에ਰਪੋਰਟ ਤੇ ਇੱਕ ਉਹ ਜਦੋਂ ਜਹਾਜ਼ ਉਹਨਾਂ ਦਾ ਆਇਆ 에ਅਰ ਫੋਰਸ ਦੇ ਜਹਾਜ਼ ਦੇ ਵਿੱਚੋਂ ਆਏ ਨੇ ਅਫਗਾਨੀ ਸਿੱਖ ਨੇ ਤੇ ਹਿੰਦੂ ਵੀ ਨਾਲ ਉਹਨਾਂ ਦੇ ਬਹੁਤ ਆਏ ਨੇ ਹਮ ਤੇ ਉਹਨਾਂ ਨੂੰ ਰੋਂਦੇ ਹੋਏ ਵੇਖਿਆ ਗਿਆ ਬਿਲਕੁਲ ਕੁਝ ਤੇ ਉਹ ਉਸਦੇ ਪਿੱਛੇ ਦੇ ਹਾਲਾਤਾਂ ਨੂੰ ਰੋ ਰਏ ਸੀ ਉਹ ਵੀ ਕਹਿ ਰਹੇ ਸੀ ਕਿ ਖਤਮ ਹੋ ਗਿਆ ਸਭ ਕੁਝ ਜ਼ੀਰੋ ਹੋ ਗਿਆ ਜੀ ਬਚਿਆ ਕੁਝ ਨਹੀਂ ਹਮ ਤੇ ਜਿਵੇਂ ਅਸੀਂ ਜਿੱਥੋਂ ਸ਼ੁਰੂ ਹੋਏ ਸਾਂ ਉੱਥੇ ਹੀ ਸਭ ਕੁਝ ਰਹਿ ਗਿਆ ਤੇ ਹੁਣ ਅਸੀਂ ਜਾਵਾਂਗੇ ਪਰ ਸਾਡਾ ਮੂਲਕ ਹੈ ਅਸੀਂ ਜਿੱਥੇ ਹਾਲਾਤ ਠੀਕ ਹੋਣ ਤੇ ਅਸੀਂ ਜਾਣਾ ਚਾਹਾਂਗੇ ਉੱਥੇ ਜੀ ਉਹ ਕਿਉਂ ਇਦਾਂ ਕਹਿ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਕੁਝ ਉਹਨਾਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੁਝ ਸਾਡੇ ਮੀਡੀਆ ਆਊਟਲੈਟਸ ਨੇ ਕੋਸ਼ਿਸ਼ ਕੀਤੀ ਜਿਹੜੇ ਪਿਛਲੇ ਸਮੇਂ 'ਚ ਆਏ ਜੀ ਉਹਨਾਂ ਨੇ ਇਸ ਸ਼ਰਤ 'ਤੇ ਗੱਲਬਾਤ ਕੀਤੀ ਕਿ ਸਾਡੀ ਪਛਾਣ ਜਨਤਕ ਨਾ ਕੀਤੀ ਜਾਵੇ ਹਮ ਭਾਰਤ ਵਿੱਚ ਰਹਿੰਦੇ ਹੋਏ ਅਮਰਸਰ ਦੇ ਵਿੱਚ ਐਫ ਆਰ ਆਰਓ ਦਾ ਆਫਿਸ ਹੈ ਫੋਰਨ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਅਮਰਸਰ ਦੇ ਵਿੱਚ ਹੁੰਦੀ ਹੈ ਪੰਜਾਬ 'ਚ ਜੀ ਹੁਣ ਇੱਥੇ ਉਹਨਾਂ ਨੇ ਕਿਹਾ ਕਿ ਅਸੀਂ ਜਿੰਨੇ Hindu ਤੇ Sikh ਅਫਗਾਨਿਸਤਾਨ 'ਚੋਂ ਆਉਣਾ ਚਾਹੁੰਦੇ ਆ ਨਿਕਲਣਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਭਾਰਤ ਆਉਣ ਦੀ ਕੋਸ਼ਿਸ਼ ਨਾ ਕਰੋ ਹੂੰ ਇੱਥੇ ਆ ਕੇ ਪਿਛਲੇ ਦਹਾਕੇ ਤੋਂ ਇਸ ਨੋਟ ਕਰਨ ਵਾਲੀ ਗੱਲ ਹੈ 1-2 ਸਾਲਾਂ ਦੇ ਦਹਾਕਾ ਵੱਲ 10 ਸਾਲ ਹੁੰਦਾ ਜੀ ਜੀ ਪਿਛਲੇ ਦਹਾਕੇ ਤੋਂ ਅਸੀਂ ਇੱਥੇ ਆ ਕੇ ਬੈਠੇ ਆ ਸਾਡੇ ਕੋਲ ਕੋਈ ਚੱਜ ਦਾ ਕਾਗਜ਼ ਪੱਤਰ ਅਜੇ ਵੀ ਨਹੀਂ ਆ ਹੂੰ ਸਾਨੂੰ ਹਰ ਸਾਲ ਰੈ residențial ਰਿਫਿਊਜੀ ਸ਼ਰਨਾਰਥੀ ਸਟੇਟਸ ਲੈਣ ਲਈ ਸਾਨੂੰ ਹਰ ਸਾਲ ਕਾਗਜ਼ ਪੱਤਰਾਂ ਨੂੰ ਭਰਨਾ ਪੈਂਦਾ ਤੇ ਲਾਈਨ 'ਚ ਲੱਗਣਾ ਪੈਂਦਾ ਤੇ ਜਦੋਂ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਗੱਲ ਮੰਨੀ ਕਿ ਪਿਛਲੇ 8-10 ਸਾਲਾਂ ਦੇ ਵਿੱਚ ਕਿਸੇ ਨੂੰ ਭਾਰਤੀ ਨਾਗਰਿਕਤਾ ਇੱਥੇ ਨਹੀਂ ਦਿੱਤੀ ਗਈ ਜਿਹੜੇ ਅਫਗਾਨਿਸਤਾਨ ਤੋਂ ਆਏ ਸਨ ਜੀ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਵਿੱਚੋਂ ਕਈ ਜਿਹੜੇ ਨੇ ਉਹ ਇੱਥੋਂ ਵਾਪਸ ਅਫਗਾਨਿਸਤਾਨ ਹੀ ਚਲੇ ਗਏ ਜੀ ਕਿਉਂਕਿ ਹਾਲਾਤ ਉੱਥੇ ਠੀਕ ਹੋ ਰਹੀ ਸੀ ਕਾਰੋਬਾਰ ਚੱਲ ਰਹੀ ਸੀ ਬਿਲਕੁਲ ਤੇ ਕਈ ਦੂਸਰੇ ਮੁਲਕਾਂ ਨੂੰ ਨਿਕਲ ਗਏ ਨੇ ਹੂੰ ਸੋ ਹਾਲਾਤ ਜਿਹੜੇ ਨੇ ਕੋਈ ਬਹੁਤਾ ਪਰ ਸਰਕਾਰ ਉਹਨਾਂ ਨੂੰ ਜਿਹੜਾ ਅਸੀਂ ਸਹਿਯੋਗ ਦੇ ਨਹੀਂ ਸਕੀ ਹੁਣ ਇਸ ਕੱਲ ਦੇ ਵਿੱਚ ਇੱਕ ਹੋਰ ਨਿਜਮ ਵੀ ਜਿਹੜਾ ਅਸੀਂ ਉਹ ਆਇਆ ਹੁਣ ਸੀਏਏ ਜਿਸ ਕਾਨੂੰਨ ਦਾ ਰੌਲਾ ਬਹੁਤ ਪਿਆ ਸਿਟੀਨਸ਼ਿਪ ਐਮੈਂਡਮੈਂਟ ਐਕਟ ਜੀ ਜਿਸ ਦੇ ਤਹਿਤ ਭਾਜਪਾ ਸਰਕਾਰ ਇਹ ਕਹਿੰਦੀ ਸੀ ਕਿ ਆਸ-ਪਾਸੇ ਦੇ ਮੁਲਕਾਂ ਦੇ ਵਿੱਚ ਜਿੱਥੇ ਮਾਇਨੋਰਟੀਜ਼ ਹਿੰਦੂਸ ਤੇ ਸਿੱਖ ਹਨ ਜਿੱਥੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਉਹਨਾਂ ਨੂੰ ਕਾਗਜ਼ ਪੱਤਰ ਦੇਣ ਲਈ ਇੱਕ ਸਿਸਟਮ ਬਣਾਵਾਂਗੇ ਚਲਾਵਾਂਗੇ ਤੇ ਇੱਥੇ ਸਾਡੇ ਕੋਲ ਆਉਣ ਤੇ ਅਸੀਂ ਉਹਨਾਂ ਨੂੰ ਪਨਾਹ ਦੇਵਾਂਗੇ ਤੇ ਕਾਗਜ਼ ਪੱਤਰ ਇੱਥੇ ਦੀ ਨਾਗਰਿਕਤਾ ਦੇਵਾਂਗੇ ਪੱਕੀ ਰਹਿائش ਦੇਵਾਂਗੇ ਜੀ ਉਸ ਸੀਏ ਦਾ ਵਿਰੋਧ ਤੇ ਬਹੁਤ ਹੋਇਆ ਕਿਉਂਕਿ ਉਸ ਵਿੱਚ ਸਿਰਫ ਇੱਕ ਫਿਰਕੇ ਨੂੰ ਇੱਕ ਵਰਗ ਨੂੰ ਸਾਹਮਣੇ ਦੀ ਗੱਲ ਕੀਤੀ ਗਈ ਸੀ ਗੱਲ ਤੇ ਸਮੁੱਚੀ ਮਾਨਵਤਾ ਦੀ ਹੋਣੀ ਚਾਹੀਦੀ ਨਾ ਚਾਹੇ ਉਹ ਕਿਤੇ ਨੂੰ ਵੀ ਕੋਈ ਆਇਆ ਹੋਵੇ ਜਿਹੜਾ ਪੀੜਤ ਹੈ ਉਹ ਤੇ ਪੀੜਤ ਹੈ ਚاہے ਮਿਆਮਾਰ ਤੋਂ ਆਇਆ ਹੋਵੇ ਰੋਹਿੰਗਿਆ ਸ਼ਰਨਾਰਥੀ ਹੋਵੇ ਉਹ ਮੁਸਲਮਾਨ ਨੇ ਤੇ ਉਹਨਾਂ ਵਾਸਤੇ ਕੋਈ ਸਿਸਟਮ ਨਹੀਂ ਹੈ ਤੇ ਜੇ ਬੰਗਲਾਦੇਸ਼ ਤੋਂ ਜਾਂ ਅਫਗਾਨਿਸਤਾਨ ਤੋਂ ਜਾਂ ਪਾਕਿਸਤਾਨ ਤੋਂ ਹਿੰਦੂ ਦਾ ਸਿੱਖ ਆਉਂਦਾ ਹੈ ਉਹਨਾਂ ਵਾਸਤੇ ਸਿਸਟਮ ਹੈ ਇਹ ਗੱਲ ਨਹੀਂ ਨਾ ਬਣਦੀ ਤੇ ਪੰਜਾਬ ਸਰਕਾਰ ਨੇ ਇਸ ਨੂੰ ਰੱਦ ਕਰ ਦਿੱਤਾ ਸੀ ਆਪਣੇ ਤੌਰ ਤੇ ਕੇਂਦਰ ਦੇ ਹੁਕਮਾਂ ਨੂੰ ਜੀ ਤੇ ਹੁਣ ਉਹ ਜਿਹੜੇ ਵਿਚਾਰੇ ਅੰਮ੍ਰਿਤਸਰ ਆ ਕੇ ਫਸ ਗਿਆ ਉਹ ਕਹਿੰਦੇ ਕਿ ਸਾਡੇ ਅਸੀਂ ਜਦੋਂ ਜਾਂਦੇ ਆ ਉਹ ਕਹਿੰਦੇ ਕਿ ਸਾਡੇ ਕੋਲ ਕੋਈ ਨੋਟੀਫਿਕੇਸ਼ਨ ਨਹੀਂ ਹੈ ਅਸੀਂ ਤੁਹਾਨੂੰ ਕੁਝ ਦੱਸ ਨਹੀਂ ਸਕਦੇ ਤੇ ਅਸੀਂ ਕੋਈ ਉਹ ਜਿਹੇ ਤਰੀਕਾ ਨਹੀਂ ਜਿਹਦੇ ਜਰੀਏ ਤੁਹਾਨੂੰ ਭਾਰਤ ਦਾ ਕੋਈ ਆਇਡੈਂਟੀਟੀ ਕਾਰਡ ਜਾਂ ਕੋਈ ਹੋਜੀ ਚੀਜ਼ ਦੇ ਦਈਏ ਜਿਸ ਨਾਲ ਤੁਸੀਂ ਪੱਕੇ ਤੌਰ ਤੇ ਇੱਥੇ ਦੇ ਵਸਿੰਦੇ ਬਣ ਜਾਓ ਜੀ ਮੁਸ਼ਕਲਾਂ ਦਾ ਸਾਹਮਣਾ ਬਹੁਤ ਕਰ ਰਹੇ ਨੇ ਮਨਮੀਤ ਸਿੰਘ ਪੁਲਰ ਫੇਰ ਯਾਦ ਆਉਂਦੇ ਨੇ ਜਿਨ੍ਹਾਂ ਨੇ ਕੈਨੇਡਾ ਦੀ ਪੀਆਰ ਦਵਾਈ ਤੇ ਹੁਣ ਵੀ ਜਸਟਨ ਟਰੂਡੋ ਨੇ ਤੇ ਹੋਰ ਕਈ ਮੂਲਕਾਂ ਨੇ ਵੀ ਇਹ ਗੱਲ ਕੀਤੀ ਹੈ ਕਿ ਅਸੀਂ ਅਫਗਾਨੀ ਸ਼ਰਨਾਰਥੀਆਂ ਨੂੰ ਜਿਹੜੀ ਅਪਣਾਤ ਦੇਣ ਦੀ ਕੋਸ਼ਿਸ਼ ਕਰਾਂਗੇ ਜੀ ਕਾਸ਼ ਉੱਥੇ ਦੀ ਮਾਇਨੋਰਿਟੀ ਜਿਹੜੀਆਂ ਤੇ ਉਹਨਾਂ ਨੂੰ ਅਗਰ ਉਥੋਂ ਕੱਢ ਲਿਆ ਜਾਵੇ ਤੇ ਜ਼ਿਆਦਾ ਬਿਹਤਰ ਹੈ ਪਰ ਭਾਰਤ ਨਾ ਆਉਣ ਦੀ ਸਲਾਹ ਜਿਹੜੇ ਨੇ ਉਹਨਾਂ ਦੇ ਆਪਣੇ ਭਰਾ ਦੇ ਰਹੇ ਨੇ ਜੀ ਕੁਝ ਮੁੱਦੇ ਅਸੀਂ ਵਿਚਾਰ ਲਏ ਨੇ ਦੇਖੋ ਜਜੇ ਬਾਕੀ ਨੇ ਪਰ ਇਸ ਵੇਲੇ ਵੇਲਾ ਹੋ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਦਾ ਜਲਦ ਹਾਜ਼ਰ ਹੋਣੇ ਆ ब्रेक ਤੋਂ ਬਾਅਦ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਕੁਲਦੀਪ ਜੀ ਗੱਲ ਕਰ ਰਹੇ ਆਂ ਅਫਗਾਨਿਸਤਾਨ ਦੀ ਕਿੰਨੇ ਕੁ ਲੋਕ ਆ ਗਏ ਨੇ ਇੱਧਰ ਕਾਫੀ ਆਏ ਨੇ ਕਾਫੀ ਫਲਾਈਟਾਂ ਆਈਆਂ ਨੇ ਕੁਝ ਤੇ ਕਾਬਲ ਤੋਂ ਸਿੱਧੀਆਂ ਆ ਰਹੀਆਂ ਨੇ ਜੀ ਉਹਨਾਂ ਨੂੰ ਭਾਰਤੀ 에ਅਰ ਫੋਰਸ ਦੇ ਜਹਾਜ਼ਾਂ ਦੇ ਜ਼ਰੀਏ ਜੋ ਬੇਸਿਕਲੀ ਬਹੁਤ ਹੈਵੀ ਲਿਫਟਰ ਜਹਾਜ਼ ਹੁੰਦੇ ਨੇ ਉਹਨਾਂ ਦੇ ਜ਼ਰੀਏ ਸੀ 17 ਉਹਨਾਂ ਨੂੰ ਕਹਿੰਦੇ ਨੇ ਜਿਆਦਾ ਤੇ ਸਮਾਨ ਢੋਣ ਲਈ ਵਰਤਿਆ ਜਾਂਦਾ ਹੈ ਜੀ ਉਹਨਾਂ ਦੇ ਵਿੱਚ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਸੋ ਸੀਟਾਂ ਵੀ ਹੁੰਦੀਆਂ ਨੇ ਜਾਂ ਪਤਾ ਨਹੀਂ ਕਿਵੇਂ ਲਿਆਉਂਦੇ ਹੋਣਗੇ ਪਰ ਹੁਣ ਤੱਕ 23 ਅਗਸਤ ਸਵੇਰ ਤੱਕ ਤਕਰੀਬਨ ਜਿਹੜੇ ਹਨ ਸਿੱਧੇ ਕਾਬਲ ਤੋਂ 392 ਦੇ ਕਰੀਬ ਲੋਕ ਆਏ ਨੇ ਜੀ ਜਿਨ੍ਹਾਂ ਵਿੱਚੋਂ ਅਫਗਾਨਿਸਤਾਨ ਦੇ ਵੀ ਕੁਝ ਨਾਗਰਿਕ ਹਨ 168 ਦੇ ਕਰੀਬ ਹਨ ਚ ਭਾਰਤੀ ਨਾਗਰਿਕ ਨੇ ਹਮ 23 ਅਫਗਾਨੀ ਸਿੱਖ ਤੇ ਹਿੰਦੂ ਨੇ ਜੀ ਕੁਝ ਫਲਾਈਟਾਂ ਜਿਹੜੀਆਂ ਨੇ ਉਹ ਸਿੱਧੀਆਂ ਨਹੀਂ ਆ ਰਹੀਆਂ ਉਹ ਦੋਹਾ ਕਤਰ ਜਾ ਕੇ ਜਿਹੜੇ ਨੇ ਉੱਥੋਂ ਪਹੁੰਚਦੇ ਨੇ ਤੇ ਉੱਥੇ ਉਹਨਾਂ ਨਾਲ ਲਿੰਕ ਹੈ ਉੱਥੋਂ ਫਿਰ ਉਹਨਾਂ ਨੂੰ ਕੁਝ ਸਮੇਂ ਬਾਅਦ ਜਿਹੜੇ ਹਨ ਕਮਰਸ਼ੀਅਲ ਫਲਾਈਟਾਂ ਦੇ ਜ਼ਰੀਏ 에ਅਰ ਇੰਡੀਆ ਜਾਂ ਵਿਸਟਾਰਾ ਵਗੈਰਾ ਜਿਹੜੇ ਹਨ ਉਹਨਾਂ ਨੂੰ ਲੈ ਕੇ ਆ ਰਹੇ ਨੇ ਭਾਰਤ ਉਹ ਨਾਰਮਲ 에ਅਰਪੋਰਟ ਤੇ ਆ ਰਹੇ ਨੇ ਉਹਨਾਂ ਦੀ ਇਮੀਗ੍ਰੇਸ਼ਨ ਵਗੈਰਾ ਹੋ ਰਹੀ ਹੈ ਪਰ ਹਾਲਾਤ ਮਾੜੇ ਨੇ ਜੀ ਕੋਈ ਬਹੁਤਾ ਸਾਜੋ ਸਮਾਨ ਵੀ ਉਹ ਨਾਲ ਨਹੀਂ ਲਿਆ ਰਹੇ ਆਪਣੀ ਜਾਨ ਬਚਾ ਕੇ ਭੱਜੇ ਹੋਏ ਲੋਕ ਨੇ ਜੀ ਤੇ ਖਬਰਾਂ ਵੀ ਕੋਈ ਪਿੱਛੋਂ ਬਹੁਤ ਚੰਗੀਆਂ ਨਹੀਂ ਆ ਰਹੀਆਂ ਸਿਰਫ ਇੱਕ ਕਾਬਲ 에ਅਰਪੋਰਟ ਦਾ ਜਿਹੜਾ ਅੰਦਰੂਨੀ ਖੇਤਰ ਹੈ ਵਾਰਨੇ ਉਸ ਅੰਦਰੂਨੀ ਖੇਤਰਾ ਜਿਹੜਾ ਉਹ ਜਿਹੜਾ ਹੈ ਇੱਕ ਸੁਰੱਖਿਅਤ ਸਥਾਨ ਜਿਹੜਾ ਹਾਲ ਦੀ ਘੜੀ ਬਣਿਆ ਜਾ ਰਿਹਾ ਜਿੱਥੇ ਤਾਲਿਬਾਨ ਲੜਾਕੇ ਜਿਹੜੇ ਹਨ ਉਹ ਸਿੱਧੇ ਤੌਰ ਤੇ ਨਹੀਂ ਜਾ ਸਕਦੇ ਤੇ ਐਵੇਂ ਬਸ ਰਾਈਫਲ ਆਪਣੀ ਫੜੀ ਹੋਈ ਹੈ ਕੋਈ ਇਧਰੋਂ ਜਾ ਰਿਹਾ ਕੋਈ ਇਧਰੋਂ ਜਾ ਰਿਹਾ ਇਸ ਤਰ੍ਹਾਂ ਦਾ ਕੰਮ ਉਹਨਾਂ ਨੇ ਮਾਹੌਲ ਸਿਰਜ ਲਿਆ ਜੀ ਤੇ ਜਿਹੜੇ ਲੋਕ ਉੱਥੇ ਨੇ ਉਹਨਾਂ ਤੋਂ ਇਸ ਤਰ੍ਹਾਂ ਦੇ ਬਿਆਨ ਦਵਾਏ ਜਾ ਰਹੇ ਨੇ ਕਿ ਨਹੀਂ ਅਸੀਂ ਠੀਕ ਹਾਂ ਇੱਥੇ ਇਹੋ ਜੀ ਕੋਈ ਗੱਲ ਨਹੀਂ ਅਸੀਂ ਸਾਨੂੰ ਕੋਈ ਡਰ ਨਹੀਂ ਜਾਂ ਤਾਲਿਬਾਨ ਵੀ ਇਹ ਕਹਿ ਰਹੇ ਨੇ ਕਿ ਦੇਖੋ ਅਸੀਂ ਕੋਈ ਇਹੋ ਜਿਹਾ ਕੰਮ ਨਹੀਂ ਕਰ ਰਹੇ ਸਾਡਾ ਫਰਕ ਹੈ ਅਸੀਂ ਪਹਿਲਾਂ ਗੱਲ ਹੋਰ ਸੀ ਹੁਣ ਸੇ ਆਜ਼ਾਦੀ ਹੈ ਪਰ ਨਾਲ ਦੀ ਨਾਲ ਕੁਝ ਕੁਝ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕੁਝ ਸੰਘਰਸ਼ ਵੀ ਕੁਝ ਜਗ੍ਹਾ ਤੇ ਚੱਲ ਰਿਹਾ ਹੈ ਕਿ ਜਗ੍ਹਾ ਤੇ ਜਿਹੜਾ ਵਿਰੋਧ ਵੀ ਉਹਨਾਂ ਦਾ ਤਾਲਿਬਾਨ ਨੂੰ ਜਿਹੜਾ ਚੱਲਣਾ ਪੈ ਰਿਹਾ ਪਰ ਉਹ ਵਿਰੋਧ ਨੂੰ ਕਿੰਨੇ ਕੁ ਸੰਜਮ ਨਾਲ ਜੱਠਦੇ ਨੇ ਜਾਬਦਾ ਤੇ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਅਜੇ ਦੁਨੀਆ ਦੇ ਮੋਰੇ ਉਹਨਾਂ ਦੀ ਵੱਡੀ ਤਸਵੀਰ ਕੋ ਸਾਹਮਣੇ ਨਹੀਂ ਆ ਰਹੀ ਜੇ ਵੈਸੇ ਉਹ ਥੋੜਾ ਜਿਹਾ ਸੰਜਮ ਨਾਲ ਚੱਲ ਲੈਣ ਉਹਨਾਂ ਲਈ ਵੀ ਚੰਗਾ ਰਹੇਗਾ ਤੇ ਦੁਨੀਆ ਲਈ ਵੀ ਚੰਗਾ ਰਹੇਗਾ ਜੀ ਗੁਲਦੀਪ ਜੀ ਪੰਜਾਬ ਦੀ ਰਾਜਨੀਤੀ ਕਰਦੇ ਆ ਕਰਦੇ ਆ ਇੱਕ ਮੁੱਦਾ ਮੇਰੇ ਤੋਂ ਛੁੱਟ ਗਿਆ ਬਿਜਲੀ ਸਮਝੌਤਿਆਂ ਨੂੰ ਲੈ ਕੇ ਬੜਾ ਰੌਲਾ ਪੈ ਰਿਆ ਜਦੋਂ ਸਿੱਧੂ ਸਾਹਿਬ ਪ੍ਰਧਾਨ ਨਹੀਂ ਸੀ ਬਣੇ ਤੇ ਨੀਤੀ ਟਵੀਟ ਕਰਦੇ ਹੁੰਦੇ ਸੀ ਇਹਨਾਂ ਸਮਝੌਤਿਆਂ ਬਾਰੇ ਕੀ ਹੁਣ ਹੁਣੇ ਰੱਦ ਹੋ ਜਾਣਗੇ ਸਮਝੌਤੇ ਰੱਦ ਹੋਣ ਬਾਰੇ ਬਹੁਤ ਕਿਸਮ ਦੀਆਂ ਕਹਾਣੀਆਂ ਨੇ ਇਹ ਗੱਲ ਸਮਝਣ ਵਾਲੀ ਹੈ 13 ਸਾਲ ਪਹਿਲਾਂ ਤਿੰਨ ਵੱਡੇ ਥਰਮਲ ਪਲਾਂਟ ਲਾ ਕੇ ਰਾਜਪੁਰਾ ਤਲਵੰਡੀ ਸਾਬੋ ਤੇ ਗੋਇੰਦਵਾਲ ਸਾਹਿਬ ਇੱਥੇ ਥਰਮਲ ਪਲਾਂਟ ਲਾ ਕੇ ਪ੍ਰਾਈਵੇਟ ਕੰਪਨੀਆਂ ਨੂੰ ਠੇਕੇ ਦੇ ਦਿੱਤੇ ਗਏ। ਤੇ ਉਹਨਾਂ ਨੂੰ ਉਹਨਾਂ ਨਾਲ ਬਿਜਲੀ ਦੇ ਸਮਝੌਤੇ ਹੋ ਗਏ। ਕੇਂਦਰ ਸਰਕਾਰ ਦੀਆਂ ਵੀ ਕੁਝ ਹਦਾਇਤਾਂ ਸਨ ਡਾਕਟਰ ਮਰਮੋਣ ਸਿੰਘ ਸਰਕਾਰ ਦੀਆਂ ਕਿ ਐਸ ਐਸ ਤਰੀਕਿਆਂ ਨਾਲ ਤੁਸੀਂ ਜਿਹੜਾ ਸਮਝੌਤੇ ਕਰ ਸਕਦੇ ਹੋ, ਇਸ ਤਰੀਕੇ ਨਾਲ ਬਿਜਲੀ ਖਰੀਦ ਸਕਦੇ ਹੋ। ਕੋਲਾ ਇਸ ਤਰ੍ਹਾਂ ਮਿਲੇਗਾ। ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਨੇ। ਪੰਜਾਬ ਸਰਕਾਰ ਨੇ ਕਿਉਂਕਿ ਠਾਣਿਆ ਹੋਇਆ ਸੀ ਕਿ ਸਰਪਲਸ ਉਪਾ ਬਣਾਉਣਾ ਹੈ ਬਿਜਲੀ ਨੂੰ। ਤੇ ਉਹਨਾਂ ਨੇ ਫਿਰ ਸਮਝੌਤੇ ਕੀਤੇ ਤੇ ਸਰਪਲਸ ਉਪਾ ਤੇ ਬਣ ਗਿਆ। ਬਿਜਲੀ ਖੂਬ ਮਿਲੀ। ਪਰ ਅਸਲੋਂ ਬਿਜਲੀ ਵਿਭਾਗ ਦੇ ਦਾ ਜਿਹੜਾ ਅਸਲੀ ਸਿਸਟਮ ਹੈ ਤਾਣਾ ਬਣਾ ਹੈ ਤਾਰਾਂ ਜਿਹੜੀਆਂ ਨੇ ਉਹ ਹਰ ਪਾਸੇ ਸ਼ਾਰਟ ਹੋਈਆਂ ਪਈਆਂ ਨੇ ਜੀ ਖਾਸ ਤੌਰ ਤੇ ਉਹਨਾਂ ਦੀਆਂ ਆਰਥਿਕ ਜਿਹੜਾ ਟੱਚ ਹੈ ਉਹਦੀ ਗੱਲ ਕੀਤੀ ਜਾਵੇ ਤੇ ਇੱਕ ਮੋਟਾ ਮੋਟਾ ਜਿਹਾ ਅੰਦਾਜ਼ਾ ਮੈਂ ਆਪ ਜੀ ਨੂੰ ਦੱਸਦਾ ਕਿ ਜਿਹੜਾ ਸਰਕਾਰੀ ਅਧਾਰਾ ਹੈ ਉਹ ਇਸ ਵੇਲੇ 30000 ਕਰੋੜ ਦੇ ਥੱਲੇ ਆ ਉਸ ਦਾ ਸਰਕਾਰ ਵੱਲ ਬਕਾਇਆ ਉਹਦੇ ਸਮੇਂ ਤੱਕ ਜਿਹੜੀ ਸਬਸਿਡੀ ਦੇ ਤੌਰ ਤੇ ਬਿਜਲੀ ਦਿੱਤੀ ਜਾਂਦੀ ਹੈ ਘਰਾਂ ਨੂੰ ਕੁਝ ਯੂਨਿਟ ਮਾਫ ਨੇ ਖੇਤੀਬਾੜੀ ਖੇਤਰ ਨੂੰ ਬਿਜਲੀ ਜਿਹੜੀ ਦਿੱਤੀ ਜਾਂਦੀ ਹੈ ਜਿਉਂ ਕਿ ਉਹ ਮਹਿਕਮੇ ਦੇ ਤੱਕੋਂ ਨਹੀਂ ਦੇਣੇ ਦੇਣੇ ਤਾਂ ਸਰਕਾਰ ਨੇ ਜਿਨ੍ਹਾਂ ਨੇ ਵਾਅਦੇ ਕੀਤੇ ਹੋਏ ਸਰਕਾਰ ਨੇ ਉਹਨਾਂ ਨੂੰ ਦੇਣੇ ਹੁੰਦੇ ਨੇ ਜੀ ਸਰਕਾਰ ਉਹਨਾਂ ਨੂੰ ਦੇ ਨਹੀਂ ਰਹੀ ਤੇ ਜੇ ਉਹ ਦੇ ਵੀ ਦਿੰਦੇ ਨੇ ਤਾਂ 17000 ਕਰੋੜ ਜਿਹੜਾ ਬਣਦਾ ਜਿਹੜਾ ਸਰਕਾਰ ਦੇਣ ਦੇ ਕਾਬਿਲ ਵੀ ਨਹੀਂ ਤੇ ਜੇ ਨਹੀਂ ਦਿੰਦੇ ਤਾਂ ਉਸ ਮਹਿਕਮੇ ਦਾ ਕੀ ਹਾਲ ਹੋਵੇਗਾ ਇਸ ਗੱਲ ਦਾ ਸਾਨੂੰ ਭਲੀ ਭਾਂਤ ਪਤਾ ਜੀ ਹੁਣ ਇਹ ਸਬਸਿਡੀ ਜਿਹੜੀ ਹੈ ਇਸ ਦੇ ਬਾਰੇ ਰੋਲਾ ਖਚੋਲਾ ਜਿਹੜਾ ਬਣਿਆ ਰਹੇਗਾ ਹਮ ਅਰਵਿੰਦ ਕੇਜਰੀਵਾਲ ਨੇ ਤਾਂ ਕਹਿ ਦਿੱਤਾ ਪਰ ਜੇ ਅਰਵਿੰਦ ਕੇਜਰੀਵਾਲ ਨੇ ਕਹਿਤਾ ਕਾਂਗਰਸ ਵਾਲੇ ਉਹਨਾਂ ਦੇ ਜ਼ੁਬਾਨ ਤੇ ਗੱਲ ਫਸੀ ਹੋਈ ਆ ਇੱਥੇ ਕਿ ਅਸੀਂ ਵੀ ਮਾਫ਼ ਕਰ ਦੇਵਾਂਗੇ ਅਸੀਂ ਵੀ ਆ ਕਰ ਦੇਵਾਂਗੇ ਪਰ ਉਹ ਕਹਿ ਨਹੀਂ ਸਕਦੇ ਕਿਉਂਕਿ ਸਾਢੇ 4 ਸਾਲ ਤੇ ਰਾਜ ਕੀਤਾ ਅਜੇ ਤੱਕ ਇਹਦੇ ਵਿੱਚ ਤਾਂ ਬਹੁਤਾ ਕੁਝ ਹੋਇਆ ਨਹੀਂ ਹਮ ਅਕਾਲੀ ਦਲ ਵਾਲੇ ਉਤੋਂ ਦੀ ਕਹਿ ਰਹੇ ਨੇ ਸੋ ਕੇਜਰੀਵਾਲ ਨੇ ਇੱਕ ਸ਼ੋਸ਼ਾ ਜਿਹੜਾ ਸ਼ੋਸ਼ਾ ਇਹ ਪਤਾ ਨਹੀਂ ਉਹ ਸincere ਹੋਣ ਕਾ ਨਾ ਹੋਣ ਪਰ ਜਿਹੜੀ ਉਹਨਾਂ ਨੇ ਗੱਲ ਕੀਤੀ ਸੀ ਉਸ ਨਾਲ ਸਾਰਿਆਂ ਨੂੰ ਭੱਜ ਦੌੜ ਤੇ ਪੈ ਗਈ ਨਾ ਸਬਸਿਡੀਆਂ ਬਾਰੇ ਪੰਜਾਬ ਦੇ ਵਿੱਤ ਕਮਿਸ਼ਨ ਦੇ ਮੁੰਟੇਕ ਸਿੰਘ ਆਲੂ ਵਾਲੀਆ ਕਹਿੰਦੇ ਨੇ ਕਿ ਇਹ ਖਤਮ ਹੋਣੀਆਂ ਚਾਹੀਦੀਆਂ ਨੇ ਜੀ ਸਬਸਿਡੀ ਦਾ ਕੋਈ ਮਤਲਬ ਨਹੀਂ ਆ ਜੋਇਨਾ ਕਮਿਸ਼ਨ ਦੇ ਚੇਅਰਮੈਨ ਨੇ ਸਾਫ ਕਾ ਡਾਕਟਰ ਮਰਮੋੜ ਸਿੰਘ ਦੇ ਨਾਲ ਉਹਨਾਂ ਨੇ ਲੰਬਾ ਸੌਗਾ ਕੰਮ ਕੀਤਾ ਤੇ ਪੰਜਾਬ ਸਰਕਾਰ ਨੂੰ ਸਲਾਹ ਇਹ ਦੇ ਰਹੇ ਨੇ ਤੇ ਪੰਜਾਬ ਸਰਕਾਰ ਮੰਨ ਨਹੀਂ ਰਹੀ ਕਿਉਂਕਿ ਪੰਜਾਬ ਸਰਕਾਰ ਨੂੰ ਸਭ ਤੋਂ ਜ਼ਿਆਦਾ ਲੋਡ ਜਿਹੜੀ ਇਸ ਵੇਲੇ ਵੋਟਾਂ ਦੀ ਹੈ ਜੀ ਪੰਜਾਬ ਸਰਕਾਰ ਦੇ ਸਰ ਜਿਹੜਾ ਅਕਾਲੀ ਸਰਕਾਰ ਦੇ ਬੇਲੇ 252800 ਕਰੋੜ ਦਾ ਕਰਜ਼ਾ ਸੀ ਇਸ ਵੇਲੇ 270000 ਕਰੋੜ ਤੱਕ ਪਹੁੰਚ ਚੁੱਕਾ ਹੈ ਤੇ 2022 ਤੱਕ ਜਦੋਂ ਵੋਟਾਂ ਹੋਣੀਆਂ ਨੇ ਇਹ 3 ਲੱਖ ਕਰੋੜ ਤੱਕ ਪਹੁੰਚ ਜਾਣ ਦੀ ਉਮੀਦ ਹੈ ਹੁਣ ਥਰਮਲ ਪਲਾਂਟ ਜੇ ਸਮਝੌਤੇ ਇਹਨਾਂ ਦਾ ਰੱਦ ਕੀਤੇ ਜਾਂਦੇ ਨੇ ਇਹਦੇ ਬਾਰੇ ਇੱਕ ਇਜਲਾਸ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਸਤੰਬਰ ਦੇ ਪਹਿਲੇ ਹਫ਼ਤੇ ਵਿਧਾਨ ਸਭਾ ਦਾ ਜਿਸ ਵਿੱਚ ਵਿਰੋਧੀ ਧਿਰਾਂ ਨਾਲ ਬਹਿਸ ਹੋਵੇਗੀ ਆਮ ਆਦਮੀ ਪਾਰਟੀ ਵੀ ਅਕਾਲੀ ਵੀ ਤੇ ਭਾਜਪਾ ਦੇ ਵੀ ਜਿਹੜੇ ਐਮਐਲਏ ਹਨ ਉੱਥੇ ਪਹੁੰਚਣਗੇ ਉਹਨਾਂ ਨਾਲ ਬਹਿਸ ਕਰਨ ਦਾ ਮੂਡ ਸਰਕਾਰ ਬਣਾਈ ਬੈਠੀ ਹੈ ਤੇ ਫਿਰ ਉੱਥੇ ਮਤਾ ਲਿਆਂਉਣ ਦੀ ਕੋਸ਼ਿਸ਼ ਹੈ ਕਿ ਇਹ ਜਿਹੜੇ ਸਮਝੌਤੇ ਹਨ ਬਿਜਲੀ ਕੰਪਨੀਆਂ ਨਾਲ ਇਹ ਰੱਦ ਕਰ ਦਿੱਤੇ ਜਾਣ ਜੀ ਪਰ ਮਾਹਰ ਕੀ ਆਖਦੇ ਨੇ ਐਡਵੋਕੇਟ ਜਨਰਲ ਜਿਹੜੇ ਨੇ ਪੰਜਾਬ ਦੇ ਉਹ ਕਹਿੰਦੇ ਨੇ ਕਿ ਜੇ ਇਹ ਰੱਦ ਹੁੰਦੇ ਨੇ ਇੱਕ ਤੇ ਗਾਂਵ ਵਾਸਤੇ ਕੋਈ ਕੰਪਨੀ ਪੰਜਾਬ ਨੂੰ ਮੂੰਹ ਨਹੀਂ ਕਰੇਗੀ ਦੂਸਰਾ ਇਹ ਲੰਬਾ ਕਾਨੂੰਨੀ ਪੇਚੀ ਦਾ ਮਸਲਾ ਹੈ ਜਿਸ ਵਿੱਚ ਪੰਜਾਬ ਸਰਕਾਰ ਨੂੰ ਲੰਬਾ ਸਮਾਂ ਖਿੱਚਿਆ ਜਾ ਸਕਦਾ ਤੇ ਜੇ ਰੱਦ ਹੋ ਜਾਂਦੇ ਨੇ ਤੇ ਪੰਜਾਬ ਵਿੱਚ ਇੰਨਾ ਵੱਡਾ ਬਿਜਲੀ ਦਾ ਖਲਾਅ ਪੈਦਾ ਹੋਵੇਗਾ ਜਿਹੜਾ ਇਹਨਾਂ ਕੋਲੋਂ ਆਉਂਦੇ 5 ਸਾਲ ਤੱਕ ਪੂਰਾ ਨਹੀਂ ਹੋ ਸਕਦਾ ਕਿਉਂਕਿ ਆਪਣਾ ਇਹਨਾਂ ਕੋਲ ਸਿਸਟਮ ਨਹੀਂ ਹੈ ਜੀ ਫਿਰ ਇਹਨਾਂ ਕੋਲ ਆਪਸ਼ਨ ਕੀ ਬਚਦੀ ਹੈ ਉਹ ਆਪਸ਼ਨ ਇਹ ਬਚਦੀ ਹੈ ਕਿ ਅਸੀਂ ਕੇਂਦਰ ਦੇ ਗ੍ਰਿਡ ਦੇ ਵਿੱਚੋਂ ਮਹਿੰਗੇ ਭਾਅ ਦੀ ਹੋਰ ਬਿਜਲੀ ਖੜੇ ਪੈਰ ਖਰੀਦੀਏ ਤੇ ਲੋਕਾਂ ਨੂੰ ਬਿਜਲੀ ਦਈਏ ਹੂੰ ਜੇ ਇਹ ਤਿੰਨ ਸਮਝੌਤੇ ਰੱਦ ਹੋ ਜਾਂਦੇ ਨੇ ਤੇ ਇਸ ਦੇ ਨਾਲ ਪੰਜਾਬ ਵਿੱਚ ਬਿਜਲੀ ਦਾ ਸੰਕਟ ਆਵੇਗਾ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਜੀ ਉਹ ਸਰਕਾਰ ਉਹ ਵੀ ਇਹ ਵੀ ਕਹਿੰਦੇ ਨੇ ਐਡਵੋਕੇਟ ਜਨੈਲ ਇਹ ਰੱਦ ਕਰਨ ਦੇ ਜਿਹੜੇ ਸਮਝੌਤੇ ਨੇ ਉਹਨਾਂ ਦੇ ਵਿੱਚ ਜਿਹੜੀਆਂ ਸ਼ਰਤਾਂ ਹਨ ਉਸ ਹਿਸਾਬ ਨਾਲ ਸਾਨੂੰ ਜਿਹੜਾ ਹੈ ਇਹਨਾਂ ਕੰਪਨੀਆਂ ਨੂੰ 25 ਤੋਂ 30000 ਕਰੋੜ ਜਿਹੜਾ ਹੈ ਸਿੱਧੇ ਤੌਰ ਤੇ ਦੇਣਾ ਪੈ ਸਕਦਾ ਹੈ ਜੀ ਕਿਉਂਕਿ ਉਹਨਾਂ ਦਾ ਪੰਜਾਬ ਦੇ ਵਿੱਚ ਇਹ ਪਲਾਂਟ ਲਾਉਣ ਲਈ ਇੰਨੀ ਰਕਮ ਖਰਚ ਹੋਈ ਉਹਨਾਂ ਨੇ ਦੱਸੀ ਹੈ ਤੇ ਇੰਨੀ ਰਕਮ ਖਰਚ ਕੇ ਉਹਨਾਂ ਨੇ ਜਿਹੜੇ ਪਲਾਂਟ ਲਾਏ ਨੇ ਤੇ ਜੇ ਬੰਦ ਹੁੰਦੇ ਨੇ ਤੇ ਕੰਪਨੀਆਂ ਨੇ ਤੇ ਐਵੇਂ ਜਾਣਾ ਨਹੀਂ ਉੱਤੇ ਕੋਈ ਨਾ ਕੋਈ ਲੈ ਕੇ ਜਾਣਗੇ ਸੋ ਮੇਰੇ ਹਿਸਾਬ ਨਾਲ ਬਿਹਤਰ ਸੂਰਤ ਇਹ ਹੀ ਹੈ ਕਿ ਆਊਟਰਾਇਟਲੀ ਸਮਝੌਤੇ ਰੱਦ ਨਾ ਕਰਕੇ ਦੁਬਾਰਾ ਨੇਗੋਸ਼ੀਏਟ ਕੀਤਾ ਜਾਵੇ ਜੀ ਨੇਗੋਸ਼ੀਏਟ ਕਰਕੇ ਇੱਕ ਬਿਹਤਰ ਤਰੀਕੇ ਨਾਲ ਜਿਹੜੀ ਬਿਜਲੀ ਹੈ ਸਸਤੇ ਰੇਟਾਂ ਤੇ ਜਿਹੜੀ ਉਹਨਾਂ ਨੂੰ ਵੀ ਜਾਇਜ਼ ਹੋਵੇ ਜਿਵੇਂ ਗੰਨੇ ਦੇ ਕਾਸ਼ਤਕਾਰਾਂ ਨਾਲ ਹੁਣ ਗੱਲ ਚੱਲ ਰਹੀ ਹੈ ਨਾ ਜੀ ਇਸੇ ਤਰ੍ਹਾਂ ਉਹਨਾਂ ਨਾਲ ਵੀ ਕੋਈ ਗੱਲਬਾਤ ਕਰਨ ਦੀ ਲੋੜ ਹੈ ਜੇ ਕਾਨੂੰਨੀ ਕਾਰਵਾਈ ਚ ਪੰਜਾਬ ਸਰਕਾਰ ਫਸਦੀ ਹੈ ਤੇ ਪੰਜਾਬ ਦੇ ਲੋਕਾਂ ਵਾਸਤੇ ਆਉਂਦੇ ਪੰਜ ਸਾਲ ਵਾਸਤੇ ਇਹ ਵਧੀਆ ਨਹੀਂ ਲੰਘਣਗੇ ਇਸ ਗੱਲ ਦੀ ਗਰੰਟੀ ਹੈ ਜੀ ਗੁਲਦੀਪ ਜੀ ਖਬਰਾਂ ਪੜਦਿਆਂ ਪੜਦਿਆਂ ਅੱਜ ਯੋਗੀ ਸਰਕਾਰ ਦੇ ਇੱਕ ਆਪਰੇਸ਼ਨ ਤੇ ਨਿਗਾ ਪੈ ਗਈ ਤੇ ਉਹਦਾ ਨਾਂ ਹੀ ਲੰਗੜਾ ਆਪਰੇਸ਼ਨ ਇਹ ਕੀ ਗੱਲ ਹੋਈ ਭਲਾ ਲੰਗੜਾ ਆਪਰੇਸ਼ਨ ਉਸਦਾ ਨਾਮ ਵੈਸੇ ਮੂਲ ਤੌਰ ਤੇ ਤਾਂ ਲੰਗੜਾ ਆਪਰੇਸ਼ਨ ਨਹੀਂ ਰੱਖਿਆ ਗਿਆ ਯੋਗੀ ਸਰਕਾਰ ਜਦੋਂ ਦੀ ਆਈ ਆ ਉਹਨਾਂ ਨੇ ਕੁਝ ਹੈਰਾਨੀਜਨਕ ਕੰਮ ਕੀਤੇ ਨੇ ਇੱਕ ਤੇ ਉਹਨਾਂ ਨੇ ਕਿਹਾ ਕਿ ਜੋ ਇਹ ਗੈਂਗ ਹਿੰਸਾ ਚੱਲਦੀ ਹੈ ਨਾ ਅਸੀਂ ਇਸ ਤੇ ਰੋਕਥਾਮ ਲਾਉਣੀ ਹੈ 2017 ਤੋਂ ਲੈ ਕੇ ਹੁਣ ਤੱਕ 8500 ਪੁਲਿਸ ਮੁਕਾਬਲੇ ਹੋਏ ਨੇ ਜੀ ਜਿਨ੍ਹਾਂ ਵਿੱਚੋਂ 3349 ਲੋਕ ਜਿਹੜੇ ਸੀ ਉਹ ਗੁੰਡੇ ਜਾਂ ਹੋਰ ਜਿਹੜੇ ਸੀ ਉਹਨਾਂ ਨੂੰ ਗੋਲੀ ਲੱਗੀ ਜਾਂ ਕਿਸੇ ਤਰੀਕੇ ਸੱਟ ਲੱਗੀ ਹਮ 146 ਦੀ ਮੌਤ ਹੋਈ 13 ਪੁਲਿਸ ਵਾਲਿਆਂ ਦੀ ਵੀ ਮੌਤ ਹੋਈ 1200 ਪੁਲਿਸ ਵਾਲੇ ਵੀ ਜ਼ਖਮੀ ਹੋਏ ਤੇ 18000 ਗ੍ਰਿਫਤਾਰ ਕੀਤੇ ਗਏ ਸਰਕਾਰ ਇਹ ਅੰਕੜੇ ਦਿੰਦੀ ਹੈ ਮੁਕਾਬਲਿਆਂ ਦਾ ਪ੍ਰਚਾਰ ਕੀਤਾ ਗਿਆ ਸਰਕਾਰ ਵੱਲੋਂ ਆਪਣੇ ਸਟੇਜਾਂ ਦੇ ذریعے ਕਿ ਦੇਖੋ ਅਸੀਂ ਕਿਵੇਂ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ ਵਿਕਾਸ ਦੂਬੇ ਦਾ ਨਾਮ ਆਉਂਦਾ ਹੈ ਜ਼ੁਬਾਨ ਤੇ ਜੀ ਉਸ ਨੂੰ ਗ੍ਰਿਫਤਾਰ ਕਰਨਗੇ ਪੁਲਿਸ ਤੇ ਉਸ ਤੇ ਗੁੰਡਿਆਂ ਨੇ ਜਾਂ ਉਸ ਨੇ ਖੁਦ ਅੱਗੋਂ ਗੋਲੀ ਚਲਾ ਦਿੱਤੀ ਇੱਕ ਅਫਸਰ ਸਮੇਤ ਕਈ ਪੁਲਿਸ ਮੁਲਾਜ਼ਮ ਮਾਰ ਦਿੱਤੇ ਫਿਰ ਉਹ ਭੱਜਾ ਦੂਸਰੀ ਸਟੇਟ ਚੋਂ ਫੜਿਆ ਤੇ ਲਿਆਂਦੇ ਦਾ ਮੁਕਾਬਲਾ ਬਣ ਗਿਆ ਜੀ ਮੁਕਾਬਲਾ ਹੋਇਆ ਕਿਉਂ ਮੈਂ ਹੁਣ ਸਾਨੂੰ ਇਹ ਕਹਿਣਾ ਪਏਗਾ ਮੁਕਾਬਲਾ ਹੋਇਆ ਕਿਉਂਕਿ ਪਰਸੋਂ ਚੌਥ ਰਿਪੋਰਟ ਆ ਗਈ ਹੈ ਕਿਉਂ ਮੁਕਾਬਲਾ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਸੀ ਸਾਰੇ ਗਵਾਹਾਂ ਨੇ ਵੀ ਗੱਲ ਠੀਕ ਹੈ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਮੁਕਾਬਲਾ ਨਹੀਂ ਹੋਇਆ ਤੇ ਉਸਨੇ ਭਜਣ ਦੀ ਕੋਸ਼ਿਸ਼ ਕੀਤੀ ਜਾਂ ਪੁਲਿਸ ਵਾਲੇ ਤੇ ਹਮਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਸ ਦੀ ਪਤਨੀ ਨੇ ਅਰਜੀ ਦਾਇਰ ਕੀਤੀ ਹੋਈ ਸੀ ਉਹ ਖਾਰਜ ਹੋ ਜਾਵੇਗੀ ਹੁਣ ਹੁਣ ਸਰਕਾਰ ਇਹ ਕਹਿੰਦੀ ਹੈ ਕਿ ਇੱਕ ਇੱਕ ਕੇਸ ਜਿਹੜਾ ਹੈ ਸਾਹਮਣੇ ਆ ਕਾਦਾ ਮੀਡੀਆ ਦੇ ਵਿੱਚ ਜਿਹੜੀ ਰਿਪੋਰਟ ਆਈ ਹੈ ਜ ਉਸ ਦੇ ਵਿੱਚ ਮੋਟਰਸਾਈਕਲ ਸਵਾਰ ਦੋ ਕਥਿਤ ਤੌਰ ਤੇ ਦੋ ਗੁੰਡੇ ਸਵਾਰ ਨੇ ਮੋਰੇ ਨਕਾ ਲਗਾ ਹੋਇਆ ਨਾਕੇ ਤੇ ਜਦੋਂ ਉਹ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਉਹ ਭੱਜ ਪੈਂਦੇ ਨੇ ਪੁਲਿਸ ਗੋਲੀ ਚਲਾਉਂਦੀ ਹੈ ਗੋਲੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੀ ਗੋਲੀ ਦੇ ਨਾਲ ਉਹ ਇੱਕ ਜ਼ਖਮੀ ਜਿਹੜਾ ਵਿਅਕਤੀ ਆ ਹੋ ਜਾਂਦਾ ਦੂਸਰਾ ਭੱਜ ਜਾਂਦਾ ਉਹ ਜਿਹੜਾ ਫੜਿਆ ਜਾਂਦਾ ਉਹਦੇ ਪੈਰ ਚ ਗੋਲੀ ਲੱਗੀ ਹੋਈ ਹੈ ਉਹ ਦੌੜ ਨਹੀਂ ਸਕਦਾ ਤੇ ਉਸ ਤੇ ਕੇਸ ਚੱਲੇਗਾ ਹਸਪਤਾਲ ਵੀ ਦਾਖਲ ਹੈ ਇਹ ਜਿਹੜੇ ਮੈਂ ਪਹਿਲਾਂ ਤੁਹਾਨੂੰ ਕਿਹਾ ਕਿ 8500 ਮੁਕਾਬਲੇ ਬਣਾਏ ਨੇ ਉਹਨਾਂ ਵਿੱਚੋਂ 3349 ਉਹੋ ਕਿਸ ਨੇ ਜਿਨ੍ਹਾਂ ਦੇ ਪੈਰਾਂ ਜਾਂ ਲੱਤਾਂ 'ਚ ਗੋਲੀ ਲੱਗੀ ਹੋਈ ਹੈ ਇਸ ਕਰਕੇ ਇਸਨੂੰ ਲੰਗੜਾ ਆਪਰੇਸ਼ਨ ਆਖਿਆ ਜਾਂਦਾ ਹੂੰ ਸਰਕਾਰੀ ਅਧਿਕਾਰੀ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਆਖਿਆ ਕਿ ਭਾਵੇਂ ਅਸੀਂ ਮੰਨੀਏ ਚਾਹੇ ਨਾ ਪਰ ਸਾਨੂੰ ਸਰਕਾਰੀ ਤੌਰ ਤੇ ਹੁਕਮ ਹੈ ਕਿ ਜਿਹਦੇ ਤੇ ਸ਼ੱਕ ਹੈ ਉਹਨੂੰ ਫੜੋ ਉਸਨੂੰ ਮਾਰੋ ਨਾ ਉਹਦੇ ਪੈਰ ਜਾਂ ਲੱਤ ਵਿੱਚ ਗੋਲੀ ਮਾਰ ਦਿਓ ساری ਉਮਰ ਉਹ ਤੁਰ ਨਾ ਸਕੇ ਸਿੱਧਾ ਉਹ ਦੌੜ ਨਾ ਸਕੇ ਹੂੰ ਨਿਸ਼ਾਨੀ ਲੱਗ ਜਾਂਦੀ ਹੈ ਉਸਤੇ ਤੇ ਔਰ ਉਹਨੂੰ ਜਿਹੜਾ ਇਸ ਤਰ੍ਹਾਂ ਅਪਾਹਜ ਕਰ ਦਿੱਤਾ ਜਾਵੇ ਹੂੰ ਇੱਕ ਤੇ ਮਨੁੱਖੀ ਅਧਿਕਾਰਾਂ ਵਾਲੇ ਬਹੁਤਾ ਰੌਲਾ ਨਾ ਪਾਉਣਗੇ ਜੀ ਤੇ ਇੱਕ ਸਰਕਾਰ ਦੀ ਕੋਈ ਪੁਲਿਸ ਦੀ ਕਾਰਵਾਈ ਤੇ ਕੋਈ ਬਹੁਤਾ ਸ਼ੱਕ ਨਹੀਂ ਕਰੇਗਾ ਅਸੀਂ ਜਾਨੋ ਕਾਨੂੰ ਮਾਰਨਾ ਹੈ ਪੁਲਿਸ ਉਸ ਉਸ ਤੇ ਮਨ ਦੇ ਵਿੱਚ ਪੁਲਿਸ ਦਾ ਇੱਕ ਵਾਰੀ ਸ਼ੋਅ ਜਿਹੜਾ ਬੈਠ ਜਾਵੇ ਤੇ ਫਿਰ ਸਾਡਾ ਕੰਮ ਆਸਾਨ ਹੋ ਜਾਵੇਗਾ ਜੀ ਇਸ ਨੂੰ ਕੁਝ ਮਾਹਿਰਾਂ ਨੇ ਆਪਰੇਸ਼ਨ ਲੰਗੜਾ ਦਾ ਨਾਮ ਦਿੱਤਾ ਹੈ ਹੂੰ ਕਿ ਸਰਕਾਰ ਨੇ ਜਾਣ ਬੁਝ ਕੇ ਇੱਕ ਸਿਸਟਮ ਚਲਾਇਆ ਹੋਇਆ ਜਿਸ ਦੇ ਤਹਿਤ ਇਸ ਤਰ੍ਹਾਂ ਮੁਜਰਮਾਂ ਨੂੰ ਫੜ ਕੇ ਜਿਨ੍ਹਾਂ ਤੇ ਮਾੜੀ ਮੋਟੀ ਸ਼ੱਕ ਹੁੰਦੀ ਹੈ ਉਹਨਾਂ ਤੇ ਗੋਲੀ ਚਲਾ ਕੇ ਉਹਨਾਂ ਨੂੰ ਅਪਾਜ ਕਰ ਦਿੱਤਾ ਜਾਂਦਾ ਹੈ ਇਸ ਕਰਕੇ ਇਸ ਨੂੰ ਆਪਰੇਸ਼ਨ ਲੱਗਦਾ ਆਖਿਆ ਜਾਂਦਾ ਹੈ ਜੀ ਕੁਲਦੀਪ ਜੀ ਤੁਸੀਂ ਜਾਣਕਾਰੀ ਭਰੇ ਤੱਤ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਸਟੂਡੀਓ ਚ ਆਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਚ ਬਸ ਇੰਨਾ ਹੀ ਕੱਲ ਨੂੰ ਫੇਰ ਕੁਝ ਨਵੇਂ ਮੁੱਦੇ ਟਟੋਲਾਂਗੇ ਨਵੀਂ ਗੱਲਬਾਤ ਕਰਾਂਗੇ ਤੁਸੀਂ ਬਾਕੀ ਪ੍ਰੋਗਰਾਮਸ ਦੀ ਲਗਾਤਾਰ ਜੁੜੇ ਰਹਿਣਾ ਹੈ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਉਮੀਦ ਤੁਹਾਡੀ ਖੋਸ਼ੀ ਸੱਡੀ